ਜਿਉਂਦਿਆਂ ਜਿਉਂਦਿਆਂ ਇਨਸਾਨ ਆਪਣੀ ਸੋਚ ਤੋਂ ਜਾਂ ਤਾਂ ਬਹੁਤ ਅਗਾਂਹ ਨਿਕਲ ਜਾਂਦਾ ਹੈ ਅਤੇ ਜਾਂ ਫਿਰ ਬਹੁਤ ਪਛਾਂ ਰਹਿ ਜਾਂਦਾ ਹੈ। ਘਰ ਦੇ ਵਿਹੜੇ ਵਿੱਚ ਪਹੁੰਚੀਏ ਜਿਹੜੇ ਕਿ ਅੰਮ੍ਰਿਤਸਰ ਤੋਂ ਬਹੁਤ ਦੂਰ ਹੈ। ਸੋ ਸਤਨਾਮ ਵੀਰ ਜੀ ਹੁਣਾਂ ਨਾਲ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਅਸੀਂ ਭਾਂਡੇ ਦੇ ਉੱਤੇ ਫਿਰ ਮਾਤਾ ਦੇ ਉੱਤੇ ਜੀ ਇਹ ਭਾਂਡੇ ਬਹੁਤੇ ਬਾਅਦ ਆਪਾਂ ਨੂੰ ਫਿਰ ਆਪਾਂ ਹੋਰ ਐਡ ਕਰਦੇ ਕਰਦੇ ਫਿਰ ਹੋ ਗਏ ਜੀ। ਪਹਿਲਾਂ ਤਾਂ ਤੁਸੀਂ ਇਹ ਪੀੜੇ 'ਤੇ ਆ ਜਾਓ, ਇਹ ਤੁਹਾਨੂੰ ਕਿਸੇ ਦੇ ਨਹੀਂ ਮਿਲੂਗਾ ਪੀੜਾ। 85 ਸਾਲ ਇਹ ਪਹਿਲਾਂ ਚੱਲਦੇ ਤੇ ਜੀ, ਬੇਲਾਂ ਵਾਲਿਆਂ ਦੇਖ ਲਓ ਕਾਏ ਗਲਾਸ ਆ ਜੀ, ਪਲੀਆਂ ਦਾ ਕਿਸੇ ਨੂੰ ਨਹੀਂ ਪਤਾ ਜੀ, ਇਹ ਨਿਆਣਿਆਂ ਨੂੰ ਇਹ ਪਲੀਆਂ ਹੁੰਦੀਆਂ ਤੀਆਂ ਅੱਗੇ, ਇਹ ਦੁੱਧ ਵਾਲੀਆਂ ਕੁਜੜਿਆਂ 'ਚ ਇਹਨਾਂ ਗੱਲ ਭਰਦੇ ਹੁੰਦੇ ਤੇ। ਦੇਖ ਲਓ ਜੀ ਕਾਂਸੀ ਦਾ ਛੰਨਾ ਜੀ, ਇਹ ਪਹਿਲੇ ਸਮਿਆਂ 'ਚ ਇਹਦੇ ਵਿੱਚ ਦੁੱਧ ਘੀ ਸਭ ਕੁਛ ਆਪਾਂ ਵਰਤਦੇ ਤੇ ਜੀ, ਪੀ ਕੇ ਰਿਸ਼ਤੇਦਾਰ ਆਉਂਦਾ ਤਾਂ ਉਹਨੂੰ ਵੀ ਦਿੰਦੇ ਤੇ ਵੀ ਜਾਣੀ। ਹੁਣ ਇਹਦਾ ਤਾਂ ਆਪਣੇ ਪੰਜਾਬ 'ਚ ਤਾਂ ਲੂਪੇ ਹੁੰਦਾ ਜਾ ਰਿਹਾ ਜੀ, ਵੀ ਛੰਨਾ ਕਿਆ ਚੀਜ਼ ਤਾਂ ਇਹਦੇ ਕਾਹਦੇ ਕੰਮ ਆਉਂਦਾ ਤਾ, ਤੇ ਵਿਚਾਰਿਆਂ ਵਾਸਤੇ ਇਹ ਤਾਂ ਆਦਤ ਬਣੀ ਵੀ ਤੀ, ਉਹ ਕਾਂਸੀ 'ਚ ਖਾਂਦੇ ਤੇ ਪੱਕਾ ਜੀ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ। ਜਿਉਂਦਿਆਂ ਜਿਉਂਦਿਆਂ ਇਨਸਾਨ ਆਪਣੀ ਸੋਚ ਤੋਂ ਜਾਂ ਤਾਂ ਬਹੁਤ ਅਗਾਂਹ ਨਿਕਲ ਜਾਂਦਾ ਹੈ ਅਤੇ ਜਾਂ ਫਿਰ ਬਹੁਤ ਪਛਾਂ ਰਹਿ ਜਾਂਦਾ ਹੈ। ਕਾਰਨ ਹੈ ਕੰਮ ਧੰਦੇ, ਉਹ ਧੰਦੇ ਜਿਨ੍ਹਾਂ ਵਿੱਚ ਹਰ ਇਨਸਾਨ ਇੰਨਾ ਜ਼ਿਆਦਾ ਮਸ਼ਰੂਫ ਹੋ ਚੁੱਕਿਆ ਕਿ ਉਹਨੂੰ ਆਪਣੇ ਆਪ ਦੇ ਲਈ ਵੀ ਫੁਰਸਤ ਨਹੀਂ ਹੈ। ਦਿਨ ਦੇ ਵਿੱਚ ਕੁਝ ਚੰਦ ਪਲ, ਕੁਝ ਚੰਦ ਜਿਹੜੇ ਆਪਣੇ ਆਪ ਨੂੰ ਜ਼ਿੰਦਗੀ ਜਿਉਣ ਦੇ ਲਈ, ਸਾਹ ਸੁਖੱਲੇ ਕਰਨ ਦੇ ਲਈ ਕੁਝ ਸਮਾਂ ਹੁੰਦਾ ਨਾ, ਉਹ ਵੀ ਇਨਸਾਨ ਕੋਲ ਆਪਣੇ ਦੇ ਦੇਣ ਨੂੰ ਨਹੀਂ ਹੈ, ਕਿਉਂਕਿ ਜੀ ਸਮਾਂ ਇੰਨਾ ਜ਼ਿਆਦਾ ਅਸੀਂ ਵਿਅਸਤ ਕਰ ਚੁੱਕੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਸੋ ਪ੍ਰੋਗਰਾਮ ਅਨਮੋਲ ਖਜ਼ਾਨਾ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਾਉਂਦਾ ਹੈ। ਔਰ ਅੱਜ ਤੋਂ ਇੱਕ ਵਾਰ ਫਿਰ ਰਣਦੀਪ, ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਖਦੀ ਹੈ। ਔਰ ਉਸ ਘਰ ਦੇ ਵਿਹੜੇ ਵਿੱਚ ਪਹੁੰਚੀਏ ਜਿਹੜੇ ਕਿ ਅੰਮ੍ਰਿਤਸਰ ਤੋਂ ਬਹੁਤ ਦੂਰ ਹੈ, ਲੇਕਿਨ ਜਿੱਥੇ ਵੀ ਪੰਜਾਬ ਦੇ ਵਿੱਚ ਅਜਿਹੀਆਂ ਸ਼ਖਸੀਅਤਾਂ, ਅਜਿਹੀਆਂ ਪਰਸਨੈਲਿਟੀਜ਼ ਰਹਿੰਦੀਆਂ ਨੇ, ਬੈਠੀਆਂ ਨੇ, ਔਰ ਉਹਨਾਂ ਕੋਲ ਅਨਮੋਲ ਖਜ਼ਾਨੇ ਦੇ ਹਿੱਸੇ 'ਚੋਂ ਕੋਈ ਨਾ ਕੋਈ ਚੀਜ਼ ਵੀ ਕਿਤੇ ਵੀ ਆਪਣੇ ਘਰ ਦੇ ਵਿੱਚ ਸਾਂਭੀ ਹੋਈ ਹੈ, ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਉੱਥੋਂ ਤੱਕ ਪਹੁੰਚਣ ਦੀ ਔਰ ਤੁਹਾਡੇ ਰੂਬਰੂ ਕਰਨ ਦੀ। ਸੋ ਅੱਜ ਦੀ ਇਹ ਅਨਮੋਲ ਪੇਸ਼ਕਸ਼, ਪ੍ਰੋਗਰਾਮ ਅਨਮੋਲ ਖਜ਼ਾਨਾ, ਰਣਦੀਪ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ, ਔਰ ਉਹ ਸ਼ਖਸੀਅਤ, ਉਸ ਵੀਰ ਦਾ ਨਾਮ ਹੈ ਜੀ ਸਤਨਾਮ ਸਿੰਘ। ਸਤਨਾਮ ਸਿੰਘ ਜੀ, ਉਹਨਾਂ ਦਾ ਅਸੀਂ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਾਣ ਮਹਿਸੂਸ ਹੁੰਦਾ ਵੀਰ ਜੀ ਜਦੋਂ ਅਸੀਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਦੇ ਰੂਬਰੂ ਹੁੰਦੇ ਹਾਂ, ਔਰ ਪਤਾ ਲੱਗਦਾ ਹੈ ਕਿ ਪੰਜਾਬ ਦੇ ਕਿਸੇ ਇਹੋ ਜਿਹੇ ਪਿੰਡ, ਇਹੋ ਜਿਹੇ ਇਲਾਕੇ ਦੇ ਵਿੱਚ, ਕਸਬੇ ਦੇ ਵਿੱਚ ਕੋਈ ਅਜਿਹਾ ਇਨਸਾਨ ਹੈਗਾ ਜਿਹੜਾ ਕਿ ਕਿਸਾਨ ਹੋ ਕੇ, ਖੇਤੀ ਨਾਲ ਰਿਲੇਟਿਡ ਹੋ ਕੇ, ਕਿਸਾਨੀ ਕਰਨ ਦੇ ਨਾਲ ਨਾਲ, ਕਿਉਂਕਿ ਤੁਹਾਨੂੰ ਪਤਾ ਕਿ ਸਭ ਤੋਂ ਔਖਾ ਜਿਹੜਾ ਕੰਮ ਜਿਹੜਾ ਹੈਗਾ ਉਹ ਸਿਰਫ ਅਤੇ ਸਿਰਫ ਮੈਨੂੰ ਲੱਗਦਾ ਜਾਂ ਬਾਕੀ ਸਾਰਿਆਂ ਨੂੰ ਸ਼ਾਇਦ ਲੱਗਦਾ ਹੋਵੇ ਕਿ ਸਭ ਤੋਂ ਜ਼ਿਆਦਾ ਬਿਜ਼ੀ ਸ਼ਡਿਊਲ ਔਰ ਮਿਹਨਤਾਨਾ ਜਿਹੜਾ ਹੈ ਉਹ ਸਿਰਫ ਅਤੇ ਸਿਰਫ ਫਾਰਮਰਸ ਕੋਲ ਹੁੰਦਾ, ਕਿਉਂਕਿ ਸਵੇਰ ਤੋਂ ਸ਼ਾਮ ਤੱਕ ਕੋਈ ਇਹ ਡਿਊਟੀ ਦਾ ਟਾਈਮ ਨਹੀਂ ਹੈਗਾ, ਸਵੇਰ ਤੋਂ ਸ਼ਾਮ ਰਾਤ ਕਦੋਂ ਕਿੱਥੇ ਬੀਤਣੀ ਕੁਝ ਪਤਾ ਨਹੀਂ ਹੁੰਦਾ, ਸਾਰਾ ਦਿਨ ਖੇਤਾਂ ਦੇ ਵਿੱਚ ਸੰਦਾਂ ਦੇ ਨਾਲ। ਔਰ ਮਹੀਨਾ ਚੱਲ ਰਿਹਾ ਜੀ ਜੂਨ ਦਾ, ਜੇਠ ਮਹੀਨਾ ਕਹਿੰਦੇ ਆ ਜੀ, ਜੇਠ ਮਹੀਨਾ, ਔਰ ਅੱਤ ਦੀ ਗਰਮੀ, ਸਮਾਂ ਹੈਗਾ ਜੀ 12:15 ਦਾ। ਸੋ ਸਤਨਾਮ ਵੀਰ ਜੀ ਹੁਣਾਂ ਨਾਲ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਇਹ ਸਾਰੀ ਜਿਹੜੀ ਫੁਲਵਾੜੀ, ਫੁੱਲਾਂ ਦੀ ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਦੀ ਜੋ ਕਿ ਪੰਜਾਬੀ ਸੱਭਿਆਚਾਰ ਦੀਆਂ ਰੋਹ ਰੀਤਾਂ ਨਾਲ ਜੁੜੀ ਹੋਈ, ਔਰ ਪੰਜਾਬੀ ਸੰਦਾਂ ਤੋਂ ਲੈ ਕੇ ਪੰਜਾਬ ਦੀ ਹਰ ਵਿਰਾਸਤ ਜਿਹੜੀ ਤੁਸੀਂ ਇਸ ਪੂਰੇ ਬਾਗਬਾਨੀ ਦੇ ਵਿੱਚ ਸਾਂਭੀ ਹੋਈ ਹੈ, ਕਿੰਨਾ ਸਮਾਂ ਲੱਗਾ? ਔਰ ਸਭ ਤੋਂ ਪਹਿਲੇ ਸ਼ੁਰੂਆਤ ਕਰਦੇ ਹਾਂ ਕਿ ਤੁਹਾਡਾ ਘਰ ਪਰਿਵਾਰ ਔਰ ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਮੇਰਾ ਨਾਮ ਜੀ ਸਤਨਾਮ ਸਿੰਘ, ਪਿੰਡ ਮੇਰਾ ਜੜਖੇਲਾ ਖੇੜੀ ਹੈ ਜੀ, ਬਸੀ ਪਠਾਣਾ ਦੇ ਪਿਛਲੇ ਪਾਸੇ ਛੋਟਾ ਜਿਹਾ ਪਿੰਡ ਹੈ ਸਾਡਾ, ਜਿਮੀਦਾਰ ਪਰਿਵਾਰ 'ਚੋਂ ਹੈ ਜੀ ਆਪਾਂ, ਠੀਕ ਨੇ ਜੀ, ਆਪਣੀ ਕਿਰਤ ਕਰਕੇ ਖਾਣੇ ਵਾਲੇ ਹਾਂ, ਬਸ ਆਹੀ ਧੰਦਾ ਜੀ, ਆਹ ਸ਼ੌਂਕ ਰੱਖਿਆ ਵਾ ਜੀ, ਇੱਕ ਬਾਕੀ ਸੰਦ ਸੰਦੇੜਾ ਬਥੇਰਾ ਜੀ। ਹਾਂਜੀ, ਅਤੇ ਸ਼ੌਂਕ ਕਿੱਦਾਂ ਪਿਆ ਕਿਸੇ ਨੂੰ ਦੇ ਕੇ? ਕਿਉਂਕਿ ਹੁਣ ਤਾਂ ਪੰਜਾਬ ਦੇ ਵਿੱਚ ਕਿਤੇ ਵੀ ਅਸੀਂ ਪ੍ਰੋਗਰਾਮ ਕਰਨ ਜਾਈਏ, ਇੱਕ ਦੂਸਰੇ ਕੋਲ ਬਹੁਤ ਸਾਰਾ ਸਮਾਨ ਦੇ ਕੇ ਜਾਂ ਐਗਜੀਬਿਸ਼ਨ ਦੇ ਵਿੱਚ ਜਾ ਕੇ ਕਿਸੇ ਨੂੰ ਪਤਾ ਲੱਗਦਾ ਕਿ ਵਾਕਈ ਜੇ ਸਾਡੇ ਘਰ ਦੇ ਵਿੱਚ ਵੀ ਅਜਿਹਾ ਸਮਾਨ ਪਿਆ ਤਾਂ ਕਿਉਂ ਨਾ ਅਸੀਂ ਵੀ ਉਸ ਚੀਜ਼ ਤੋਂ ਪ੍ਰੇਰਿਤ ਹੋ ਕੇ ਉਹਨਾਂ ਚੀਜ਼ਾਂ ਨੂੰ ਹੋਰ ਵਧਾਵਾ ਕਰੀਏ। ਸੋ ਤੁਹਾਡੀ ਸੋਚ ਕਿੱਥੋਂ ਸ਼ੁਰੂ ਹੋਈ ਇਹਨਾਂ ਚੀਜ਼ਾਂ ਲਈ? ਇਹ ਜੀ 15 ਸਾਲ ਪਹਿਲਾਂ ਅਸੀਂ ਅਲੱਗ ਹੋਏ ਤੇ ਜੀ ਘਰ ਤੋਂ, ਭਾਈ ਭਾਈ ਜੁਦੇ ਹੋਏ ਤੇ ਜੀ। ਜਦ ਮੈਂ ਇਹ ਸਮਾਨ ਵੰਡਿਆ, 4 ਢੇਰੀਆਂ ਲਾਈਆਂ, 4 ਭਰਾ ਤੇ 4 ਜੁਦੇ ਹੋਏ, ਇਹ ਜਿਹੜੀ ਪਿੱਤਲ ਦੇ ਭਾਂਡੇ ਢੇਰੀ ਦੀ ਕਿਸੇ ਨੇ ਨਹੀਂ ਚੱਕੀ, ਇਹਨਾਂ ਨੇ 3 ਆਪਣੇ ਚੰਗੇ ਜਿਹੜੇ ਭਾਂਡੇ ਤੇ, ਚਲੋ ਇਹਨਾਂ ਦੀ ਪਹਿਲ ਤੀ ਇਹਨਾਂ ਨੇ ਚੱਕ ਲਈ ਕਿ ਮੈਂ ਵੰਡਣੇ ਵਾਲਾ ਤੋਂ ਬਾਅਦ 'ਚੋਂ ਚੱਕਦਾ ਹੁੰਦਾ, ਇਹ ਮੈਂ ਚੱਕੇ, ਬਸ ਸਮਝ ਲਓ ਵੀ ਉਹਦੇ ਤੋਂ ਹੀ ਆਪਾਂ ਨੂੰ ਆਪਣੇ ਚਾਹੇ ਜਿੱਕਣ ਮਰਜ਼ੀ ਸਮਝ ਲਓ ਵੀ ਉਹ 'ਤੇ ਪਿਆਰ ਹੋ ਗਿਆ, ਵੀ ਇਹ ਆਪਣੇ ਘਰ ਦੀ ਵਿਰਾਸਤ ਖੋਣੀ ਨਹੀਂ, ਉਹ 'ਚ ਆਪਾਂ ਨੇ ਹੋਰ ਐਡ ਕਰਨੇ ਸ਼ੁਰੂ ਕਰਤੇ। ਕਰਦੇ ਕਰਦੇ ਫਿਰ ਮੇਰਾ ਵਿਆਹ ਹੋਇਆ, ਮੇਰੇ ਸਹੁਰਿਆਂ ਨੇ ਵੀ ਖਾਸੇ ਭਾਂਡੇ ਦਿੱਤੇ, ਫਿਰ ਮਾਤਾ ਦੇ ਜੀ ਇਹ ਭਾਂਡੇ, ਬਹੁਤੇ ਬਾਅਦ ਆਪਾਂ ਨੂੰ ਫਿਰ ਆਪਾਂ ਹੋਰ ਐਡ ਕਰਦੇ ਕਰਦੇ ਫਿਰ ਹੋ ਗਿਆ ਜੀ।
ਤੇ ਮਾਤਾ ਨੇ ਮਤਲਬ ਘਰ ਦੀ ਜਿਹੜੀ ਮੋਹਤਵਾਰ ਹੁੰਦੀ ਹੈ ਮਾਂ, ਉਹਨੇ ਨੇ ਕਿਹਾ ਕਿ ਪੇਟੀਆਂ ਸੰਦੂਕਾਂ 'ਚੋਂ ਸਮਾਨ ਨਹੀਂ ਕੱਢਣਾ, ਬਾਹਰ ਘੱਟਾ ਮਿੱਟੀ ਪੈਣਾ, ਕੌਣ ਸਭ, ਕਿਉਂਕਿ ਪਿੱਤਲ ਦੀ ਗੱਲ ਜੇ ਕਰੀਏ ਤਾਂ ਪਿੱਤਲ ਨੂੰ ਸਾਂਭਣ ਔਰ ਇਹਨੂੰ ਮਾਂਜਣ ਦੇ ਵਿੱਚ ਬਹੁਤ ਜਿਹੜਾ ਸਮਾਂ ਲੱਗਦਾ ਅਤੇ ਬਹੁਤ ਔਖਾ ਹੁੰਦਾ ਹੈ। ਪਹਿਲਾਂ ਤਾਂ ਜੀ ਇਹ 2 ਮਹੀਨੇ ਔਖੀਆਂ ਰਹੀਆਂ ਦੋਵੇਂ ਜਣੀਆਂ ਜੀ, ਮਾਤਾ ਵੀ ਘਰ ਦੇ ਵੀ ਕਿਤੇ, ਹਾਂ ਵੀ ਕਿੱਥੇ ਪੰਗਾ ਛੇੜਿਆ ਸਾਨੂੰ, ਮਾਂਜਣੇ ਨੂੰ ਪੰਗਾ ਛੇੜਤਾ ਤੁਸੀਂ ਚਿਣਤੇ ਕੱਢ ਕੇ, ਫਿਰ ਹੁਣ ਜਦੋਂ ਦੇਖਣ ਵਾਲੇ ਆਉਂਦੇ ਹਾਂ ਫਿਰ ਇਹਨਾਂ 'ਤੇ ਮੰਚ ਆ ਗਿਆ, ਹੁਣ ਕਹਿੰਦੀਆਂ ਵੀ ਜਿੱਥੇ ਮਿਲਦਾ ਛੱਡੀ ਨਾ ਲੈ ਆਈ ਵੀ ਅਸੀਂ ਆਪੇ ਸਾਂਭੂਗੇ ਆ, ਫਿਰ ਔਕਣਾ ਚਿਣਤਾ ਜੀ। ਹਾਂ ਹੁਣ ਮਤਲਬ ਟੌਰ ਬਣਦੀ ਹੋਣੀ, ਹਾਂ ਜੀ ਹਾਂ, ਮੰਮੀ ਜੀ ਮਾਤਾ ਜੀ ਐਂ ਟੌਰ ਨਾ ਕਹਿੰਦੇ ਹੋਣੇ ਵੀ ਭਾਈ ਮੇਰੇ ਭਾਂਡੇ, ਹਾਂ ਮਾਤਾ ਦੇ ਘਰਦਿਆਂ ਦੇ, ਹਾਂ ਚਲੋ ਵਿੱਚੇ ਖਰੀਦੇ ਜੀ ਆਪਾਂ ਨੇ, ਵਿੱਚੇ ਪਹਿਲੇ ਤੇ ਘਰਦੇ ਤੇ ਜੀ ਉੱਕਣ ਫਿਰ ਆਪਣੇ। ਸੋ ਪਿੱਤਲ ਦੀ ਗੱਲ ਕਰਦੇ ਹਾਂ, ਪਿੱਤਲ ਦੇ ਵਿੱਚ ਬਹੁਤ ਸਾਰੀ ਵਰਾਇਟੀ ਇੱਥੇ ਮੈਂ ਦੇਖ ਰਹੀ ਹਾਂ, ਔਰ ਸ਼ੁਰੂਆਤ ਤੁਸੀਂ ਦੱਸੋ ਕਿ ਕਿੰਨੀ ਕਿਹੜੀ ਚੀਜ਼ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ, ਔਰ ਕਿਹੜੀ ਚੀਜ਼ ਕਿਹੜੇ ਸਮੇਂ ਦੇ ਵਿੱਚ ਕਿੱਦਾਂ ਵਰਤੀ ਜਾਂਦੀ ਸੀ, ਹਾਲਾਂਕਿ ਉਹ ਸਮਾਂ ਭਾਵੇਂ ਬਦਲ ਗਿਆ ਚੀਜ਼ ਹਜੇ ਵੀ ਉੱਦਾਂ ਹੀ ਵਰਤੀ ਜਾਂਦੀ ਹੈ, ਸਮਾਂ ਬਦਲਣ ਦੇ ਨਾਲ ਕੁਛ ਚੀਜ਼ਾਂ ਨੂੰ ਅਸੀਂ ਭੁੱਲ ਚੁੱਕੇ ਹਾਂ, ਲੇਕਿਨ ਤੁਸੀਂ ਆਪਣੀ ਜ਼ਬਾਨੀ ਇਸ ਸ਼ੋਅ ਦੇ ਜ਼ਰੀਏ ਜਿਹੜੇ ਦੇਸ਼ਾਂ ਪ੍ਰਦੇਸ਼ਾਂ 'ਚ ਦੇਖ ਰਹੇ ਨੇ ਸ਼ੋਅ ਪ੍ਰੋਗਰਾਮ ਅਨਮੋਲ ਖੋਜ, ਉਹਨਾਂ ਨੂੰ ਪਤਾ ਲੱਗੇ ਕਿ ਅੱਜ ਵੀ ਸਤਨਾਮ ਸਿੰਘ ਦੇ ਘਰ ਦੇ ਵਿੱਚ ਪਿੱਤਲ ਦੇ ਭਾਂਡਿਆਂ ਦੀ ਬਹਾਰ ਲੱਗੀ ਹੋਈ, ਔਰ ਘਰ ਦੇ ਵਿੱਚ ਰਸੋਈ ਦੇ ਵਿੱਚ ਚੌਂਕੇ ਚੁੱਲ੍ਹੇ ਦੇ ਵਿੱਚ ਵੀ ਹਾਲੇ ਇਹ ਜਿਹੜੀ ਤਕਰੀਬਨ ਜਿਹੜੀ ਹੈ ਪਿੱਤਲ ਦੇ ਭਾਂਡਿਆਂ ਦੀ ਵਰਤੋਂ ਕਰਦੇ ਨੇ ਜੀ। ਪਹਿਲਾਂ ਤਾਂ ਤੁਸੀਂ ਇਹ ਪੀੜੇ 'ਤੇ ਆ ਜਾਓ, ਇਹ ਤੁਹਾਨੂੰ ਕਿਸੇ ਦੇ ਨਹੀਂ ਮਿਲੂਗਾ ਪੀੜਾ, ਇਹ ਮਿੱਟੀ ਦਾ ਪਾਇਆ ਵਾ, ਅੱਗੇ ਇੱਕਣ ਆਪਣੇ ਆਮ ਘਰਾਂ 'ਚ ਪਾਏ ਵੇ ਹੁੰਦੇ ਤੇ ਇਹ ਪੀੜੇ ਜੀ, ਇਹਦੇ ਵਿੱਚ ਭਾਂਡੇ ਚਿਣ ਕੇ ਰੱਖਦੇ ਤੇ ਮਾਂਜਣੇ ਸਵਾਰ ਕੇ ਲਸਕਾ ਕੇ ਰੱਖਣੇ, ਫਿਰ ਆਪਾਂ ਨੇ ਦੇਖ ਕੇ ਜੀ ਉੱਕਣੇ ਉਹਨੂੰ ਯਾਦ ਨੂੰ ਤਾਜ਼ਾ ਕਰਨੇ ਨੂੰ, ਫਿਰ ਆਪਾਂ ਨੇ ਬਣਾ ਲਿਆ ਜੀ। ਭਾਵ ਤੁਸੀਂ ਇਸ ਚੀਜ਼ ਨੂੰ ਕਹਿ ਰਹੇ ਜਿਹੜਾ ਇਹਨੂੰ ਪੀੜਾ, ਮਿੱਟੀ ਦੇ ਜਿਹੜਾ ਕੰਧ 'ਚ ਬਣਾਇਆ ਬੰਦਾ ਤਾਂ ਉਹਨੂੰ ਪੀੜਾ ਕਹਿੰਦੇ ਤੇ ਜੀ, ਇਹਦੇ ਥੱਲੇ 2 ਜੌੜੀਆਂ ਮੱਟੀਆਂ ਹੁੰਦੀਆਂ ਤੀਆਂ ਆਟੇ ਦੀਆਂ, ਚਲੋ ਅਸੀਂ ਨਹੀਂ ਬਣਾਈਆਂ, ਲੋੜ ਨਹੀਂ ਸੀ, ਕਾਕੇ ਬਿੱਲੀਆਂ ਜੀਆਂ ਬਣਾਤੀਆਂ ਵੀ, ਇਹ ਪੀੜਾ ਜ਼ਿਆਦਾ ਮੁੱਖ ਕੰਮ ਹੁੰਦਾ ਤਾਂ ਜਿਹੜਾ ਸਵਾਣੀ ਦਾ ਦੇਖਦੇ ਅਤੇ ਆ ਕੇ ਰਿਸ਼ਤੇਦਾਰ ਕੋਈ ਬਾਹਰ ਤੋਂ ਆ ਗਿਆ ਤਾਂ ਦੇਖਦੇ ਸੀ ਵੀ ਉਹਦਾ ਚੁੱਲ੍ਹਾ ਚੌਂਕਾ ਪੀੜਾ ਵੀ ਕਿਹਾ ਜਾ, ਵੀ ਮਤਲਬ ਇਸ ਚੀਜ਼ ਤੋਂ ਅੰਦਾਜ਼ਾ ਲਗਾਇਆ ਜਾਂਦਾ ਸੀ ਕਿ ਤਰੀਮਤ ਜਿਹੜੀ ਉਹਦੇ 'ਚ ਕਿੰਨੀ ਗੁਣੀ ਹੈਗੀ, ਕਿੰਨੀ ਗੁਣੀ ਹੈ ਵੀ ਕਿਆ ਕੁਛ ਕਰਨ ਜੋਗੀ ਹੈ ਵੀ ਉਹ 'ਚ ਕੋਈ ਕਲਾ ਹੈ ਵੀ ਉਹਦਾ ਚੁੱਲ੍ਹਾ ਚੌਂਕਾ ਕਿਹਾ ਜਾ, ਫਿਰ ਉਹ ਪੀੜਾ ਇਹ ਅਸੀਂ ਮਾਤਾ ਨੇ ਬਣਾਇਆ ਵਾ ਤਾਂ ਅੱਗੇ ਪਹਿਲਾਂ ਆਮ ਤੇ ਜੀ ਤਾਂ ਘਰਾਂ 'ਚ ਉੱਕਣ, ਫਿਰ ਉਹਨਾਂ ਨੇ ਬਣਾ ਲਿਆ ਪੀੜਾ। ਹਾਂ ਦੇਖ ਲਓ ਤੁਹਾਡੇ ਸਾਹਮਣੇ ਭਾਂਡੇ ਚਿਣੇ ਪਏ ਆ ਜੀ, ਇਹਦੇ ਵਿੱਚ ਲੋੜੀਂਦੇ ਸਾਰੇ ਭਾਂਡੇ ਇਹਦੇ ਵਿੱਚ ਆ ਜੀ ਆਪਣੇ, ਇਹ ਪੀੜਾ ਫਿਰ ਮਾਤਾ ਜੀ ਨੇ ਬਣਾਇਆ, ਮੰਮੀ ਨੇ? ਹਾਂਜੀ 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 ਹਾਂਜੀ, ਦੋਵੇਂ ਘਰਦਿਆਂ ਨੇ ਹਰ ਮਾਤਾ ਨੇ ਇਕੱਠੇ ਹੋ ਕੇ ਦੋਨਾਂ ਨੇ ਬਣਾਈ ਹੈ, ਘਰਵਾਲੀ ਦੀ ਤਾਰੀਫ ਕਰਨੀ ਨਹੀਂ ਭੁੱਲਦੇ, ਨਾਲ ਨਾਲ ਰੱਖਣਾ ਹੈ ਕਿਉਂਕਿ ਦੋਨਾਂ ਪਾਰਟੀਆਂ ਨੂੰ ਬਰਾਬਰ ਹੈ, ਦੋਨੇ ਜੀ ਫਿਰ ਜਿਹੜਾ ਹੱਕ ਹੈ ਉਹਨਾਂ ਦਾ ਦੋਨਾਂ ਦਾ, ਦੋਏ ਕਰਦੀਆਂ ਤੇ ਆਪਾਂ ਦੋਨਾਂ ਦਾ ਨਾਂ ਲਉਂਗੇ ਜੀ। ਹਾਂ, ਸੋ ਪਿੱਤਲ ਦੇ ਭਾਂਡੇ ਬਹੁਤ ਸਾਰੇ ਇਹਦੇ ਵਿੱਚ ਚਿਣੇ ਹੋਏ ਨੇ, ਪੀੜਾ ਅੱਜ ਮੈਂ ਵੀ ਮੇਰੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ, ਪੀੜਾ ਦੂਸਰੇ ਇੱਕ ਪੱਖ ਨੂੰ ਵੀ ਕਿਹਾ ਜਾਂਦਾ, ਲੇਕਿਨ ਇੱਥੇ ਮੈਨੂੰ ਆ ਜਾ ਕੇ ਪਤਾ ਲੱਗਿਆ, ਹਾਲਾਂਕਿ ਬਹੁਤ ਸਾਰੀ ਸਟੱਡੀ ਕੀਤੀ ਲੇਕਿਨ ਕਈ ਵਾਰ ਫਿਰ ਵੀ ਕੁਛ ਚੀਜ਼ਾਂ ਜਿਹੜੀਆਂ ਦਿਮਾਗ 'ਚੋਂ ਸਕਿੱਪ ਹੋ ਜਾਂਦੀਆਂ, ਭੁੱਲ ਜਾਂਦੀਆਂ। ਸੋ ਵੀਰ ਜੀ ਹੁਣਾਂ ਤੋਂ ਜਾਣਕਾਰੀ ਮਿਲੀ ਹੈ ਕਿ ਜਿਹੜਾ ਮਿੱਟੀ ਦੀ ਪਿੱਛੇ ਇੱਕ ਬਣਾਈ ਹੋਈ ਹੈ ਡਿਸਪਲੇ ਕਰਨ ਵਾਲੀ, ਉਹਨੂੰ ਪੀੜਾ ਕਿਹਾ ਜਾਂਦਾ। ਸੋ ਪੀੜਾ ਬਹੁਤ ਸੋਹਣਾ, ਔਰ ਇਹਦੇ ਵਿੱਚ ਪਿੱਤਲ ਦੇ ਭਾਂਡੇ ਵੱਖਰੇ ਵੱਖਰੇ ਘੱਟ ਗਿਣਤੀ ਦੇ ਵਿੱਚ ਭਾਵੇਂ ਰੱਖੇ ਹੋਏ ਨੇ, ਪਰ ਉਹਨਾਂ ਦੀ ਤਦਾਦ ਬਹੁਤ ਸਾਰਾ, ਬਹੁਤ ਸਾਰੀਆਂ ਹੋਰ ਵਾਲਸ 'ਤੇ ਡਿਸਪਲੇ ਕੀਤੇ ਹੋਏ ਨੇ। ਉਹਨਾਂ ਦੇ ਵਿੱਚ ਵੀਰ ਜੀ ਨੂੰ ਪੁੱਛਦੇ ਹਾਂ ਕਿਹੜੀ ਕਿਹੜੀ ਚੀਜ਼ ਹੈ, ਕਿੰਨੀ ਮਾਤਰਾ ਦੇ ਵਿੱਚ, ਕਿੰਨੀ ਗਿਣਤੀ ਦੇ ਵਿੱਚ ਇੰਨਾ ਕੁ ਪਈ ਹੈ, ਅਤੇ ਕਿੱਥੋਂ ਕਿੱਥੋਂ ਕਿੱਦਾਂ ਮਿਲੀ ਹੈ ਜੀ ਵੀਰ ਜੀ? ਆਹ ਦੇਖ ਲਓ ਜੀ ਬੇਲਾਂ ਵਾਲੇ ਗਲਾਸ, ਇਹ ਅੱਜ ਤੋਂ ਮੈਨੂੰ ਮੈਦਾ ਜੀ ਬਹੁਤੇ ਨਹੀਂ 80-85 ਸਾਲ ਪਹਿਲਾਂ ਚੱਲਦੇ ਤੇ ਜੀ, ਜੀ ਜੀ ਬਿਲਕੁਲ 80-85 ਸਾਲ ਇਹ ਪਹਿਲਾਂ ਚੱਲਦੇ ਤੇ ਜੀ ਬੇਲਾਂ ਵਾਲੇ, ਆਹ ਦੇਖ ਲਓ ਕਾਏ ਗਲਾਸ ਹਾਂ ਜੀ, ਇਹ ਖਤਮ ਹੋ ਗਏ, ਇਹ ਦੁੱਧ ਨੂੰ ਹੁੰਦੇ ਤੇ ਜੀ ਆਪਣੇ, ਜਦ ਆਇਆ ਗਿਆ ਹੁੰਦਾ ਤਾਂ ਦੁੱਧ ਲੱਸੀ ਦੇਣ ਵਾਸਤੇ ਹੁੰਦੇ ਤੇ, ਇਹਨਾਂ ਨੂੰ ਕੰਗਣੀ ਵਾਲੇ ਗਲਾਸ ਕਹਿੰਦੇ ਆ ਜੀ ਬੜੇ, ਇਹ ਆਪਣੇ ਕੋਲ ਮੈਨੂੰ ਮੈਦਾ ਜੀ 30 ਤਾਂ ਹੋਣਗੇ ਜੀ, ਕਾਂਸੀ ਦਾ ਛੰਨਾ ਜੀ, ਇਹ ਪਹਿਲੇ ਸਮਿਆਂ 'ਚ ਇਹਦੇ ਵਿੱਚ ਦੁੱਧ ਘੀ ਸਭ ਕੁਛ ਆਪਾਂ ਵਰਤਦੇ ਤੇ ਜੀ, ਪੀ ਕੇ ਰਿਸ਼ਤੇਦਾਰ ਆਉਂਦਾ ਤਾਂ ਉਹਨੂੰ ਵੀ ਦਿੰਦੇ ਤੇ ਪਾ ਕੇ, ਹੁਣ ਇਹ ਖਤਮ ਹੀ ਹੋ ਗਿਆ ਜੀ ਸੌਦਾ, ਮੈਂ ਕਹਿੰਦਾ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਵੀ ਛੰਨੇ ਕਿਆ ਚੀਜ਼ ਹੁੰਦੀ ਆ, ਵੀ ਹੁਣ ਮੰਨ ਲਓ ਵੀ ਛੋਟੇ ਛੋਟੇ ਬੱਚੇ ਆ ਸਾਡੇ, ਚਲੋ ਅਸੀਂ ਤਾਂ ਸ਼ੌਂਕ ਸਾਨੂੰ ਤਾਂ ਬੱਚਿਆਂ ਨੂੰ ਵੀ ਪਾਤਾ ਵੀ ਤੁਸੀਂ ਭਾਈ ਪੀਓ, ਅਸੀਂ ਤਾਂ ਜੀ ਉੱਧਰ ਖਾਂਦੇ ਪੀਂਦੇ ਵੀ ਇਹਨਾਂ 'ਚ ਕਾਂਸੀ ਦਿਆਂ 'ਚ, ਵੀ ਜਾਣੀ ਹੁਣ ਇਹਦਾ ਤਾਂ ਆਪਣੇ ਪੰਜਾਬ 'ਚ ਤਾਂ ਲੋਪੇ ਹੁੰਦਾ ਜਾ ਰਿਹਾ ਜੀ, ਵੀ ਛੰਨਾ ਕਿਆ ਚੀਜ਼ ਤਾਂ ਇਹਦੇ ਕਾਹਦੇ ਕੰਮ ਆਉਂਦਾ ਤਾ, ਜਿਹੜੇ ਤਾਂ ਅਮੀਰ ਆਦਮੀ ਹੁੰਦੇ ਤੇ ਉਹ ਤਾਂ ਸਮੇਂ ਦੇ ਗੱਲ ਚੀਜ਼ ਪਾਣੀ ਛੱਕਦੇ ਤੇ, ਵੀ ਮੰਨ ਲਓ ਜਦ ਗਰਮੀਆਂ ਤੀਆਂ ਅਮੀਰ ਲੋਕ ਉਹ ਚਾਂਦੀ ਦੇ ਭਾਂਡਿਆਂ 'ਚ ਖਾਂਦੇ ਤੇ, ਜਦੋਂ ਸਰਦੀ ਆ ਜਾਂਦੀ ਤੀ ਠੰਡ ਆ ਜਾਂਦੀ ਤੀ ਉਹਦੇ ਸੋਨੇ ਦੇ ਭਾਂਡਿਆਂ 'ਚ ਖਾਂਦੇ ਤੇ, ਜਿਹੜਾ ਆਪਾਂ ਨੋਰਮਲ ਬੰਦਾ ਤਾਂ ਜ਼ਿਮੀਂਦਾਰ ਤਾਂ ਚਲੋ ਵਿੱਚ ਸਾਹਿਬ ਆ ਗਏ ਉਹਨਾਂ ਵਾਸਤੇ ਵਿਚਾਰਿਆਂ ਵਾਸਤੇ ਇਹ ਧਾਤ ਬਣੀ ਵੀ ਤੀ, ਉਹ ਕਾਂਸੀ 'ਚ ਖਾਂਦੇ ਤੇ ਪੱਕਾ ਹੀ, ਉਹਨਾਂ ਵਾਸਤੇ ਤਾਂ ਜੀ ਇਹ ਚਲੋ ਆਪਾਂ ਸਾਰੇ ਵਰਤਦੇ ਤੇ, ਚੰਗਾ ਤਕੜਾ ਬੰਦਾ ਚੰਗੇ 'ਚ ਖਾ ਲੈਂਦਾ ਤਾਂ ਚਿਕਣ ਚਿਕਣ ਸਮੇਂ ਦੇ ਗੱਲ ਬਦਲਦਾ ਤਾਂ, ਜਿਹੜੇ ਆਪਾਂ ਲੋਕ ਤੇ ਉਹਨਾਂ ਦੇ ਵਿੱਚ ਖਾ ਲੈਂਦੇ ਤੇ, ਇਹ ਇੱਕ ਜਾਨ ਵਾਲੀ ਆ,
ਚਲੋ ਜੀ ਕਣ ਵਾਰ ਜੀ ਬਿਮਾਰੀਆਂ ਤੇ ਰਹੇ ਤਾਂ ਰਹਿੰਦੇ ਤੇ ਸੁਆਹ ਗੱਲ ਮਾਂਜਣੇ ਸਭ ਕੁਛ ਕਰਨਾ, ਹੁਣ ਤਾਂ ਸਾਬਣ ਆ ਗਏ, ਦਮ ਦਮ ਕੇ ਚੱਲਿਆ ਉੱਥੇ ਵਿੱਚ ਰੱਖਤਾ, ਹੁਣ ਤਾਂ ਉਹ ਕੰਮ ਤਾਂ ਖਤਮ ਹੋ ਗਿਆ ਜੀ। ਹੁਣ ਮੰਨ ਲਓ ਇਹ ਪਲੀਆਂ ਦਾ ਕਿਸੇ ਨੂੰ ਨਹੀਂ ਪਤਾ ਜੀ, ਇਹ ਨਿਆਣਿਆਂ ਨੂੰ ਇਹ ਪਲੀਆਂ ਹੁੰਦੀਆਂ ਤੀਆਂ ਅੱਗੇ, ਇਹ ਦੁੱਧ ਵਾਲੀਆਂ ਕੁਜੜਿਆਂ 'ਚੋਂ ਇਹਨਾਂ ਗੱਲ ਭਰਦੇ ਹੁੰਦੇ ਤੇ, ਵਿੱਚ ਦੇ ਪਾਉਣੇ ਨੂੰ ਕੁਜੜਾ ਡੂੰਘਾ ਹੁੰਦਾ ਤਾ, ਇਹ ਦੁੱਧ ਵਾਸਤੇ ਹੁੰਦੇ ਤੇ ਜਾਂ ਫਿਰ ਦਾਲ ਬਣਾਉਂਦੇ ਜੀ। ਪਲੀਆਂ ਉਸ ਸਮੇਂ 'ਚ ਪਲੀਆਂ ਕਹਿੰਦੇ ਸੀ ਜਿਹਨੂੰ ਡੋਰੀ ਕਹਿੰਦੇ, ਹਾਂ ਡੋਰੀ ਨੂੰ ਪਲੀ, ਡੋਰੀ ਹੁੰਦੀ ਹੈ ਜੀ ਐਂ ਦੂਏ ਲੋਟ, ਇਹ ਪਲੀ ਹੈ ਜੀ ਖੜਮੇ ਲੋਟ, ਹਾਂ ਉਹਦੀ ਟੇਪਰ ਹੁੰਦੀ ਤੀ, ਇਹ ਪਲੀ ਹੁੰਦੀ ਤੀ ਜੀ ਖੜਮੇ ਲੋਟ, ਇਹਦੇ ਗੱਲ ਦੁੱਧ ਪਾਉਂਦੀਆਂ ਜੀ, ਇਹ ਦੁੱਧ ਵਾਸਤੇ, ਇਹ ਦੁੱਧ ਵਾਸਤੇ ਹੁੰਦੀਆਂ ਤੀ, ਨਹੀਂ ਦਾਲ ਸਬਜ਼ੀ ਵਾਸਤੇ ਹੁੰਦੇ ਤੇ ਉਹ ਲੱਕੜੀ ਦੇ ਡੰਡੇ ਵਾਲੀਆਂ ਜੀ, ਉਹ ਪੰਜੀਆਂ ਜੀ ਦਾਲ ਸਬਜ਼ੀ ਵਾਸਤੇ, ਇਹ ਤਾਂ ਦੁੱਧ ਵਾਸਤੇ ਉਹ ਪਲੀਆਂ ਬਣੀਆਂ ਵੀ ਹੁੰਦੀਆਂ ਜੀ। ਹੁਣ ਆਹ ਦੇਖ ਲਓ ਜੀ ਤੁਸੀਂ, ਚਲੋ ਬਹੁਤੀ ਗੱਲ ਆ ਵੀ ਹੁਣ ਅਲਮੀਨੀਅਮ ਚੱਲ ਪਿਆ ਪੱਥਰ ਦੇ ਆ ਗਏ, ਅੱਗੇ ਆ ਚੱਕਲੇ ਵੇਲਣੇ ਤੇ ਜੀ, ਇਹ ਪਿੱਤਲ ਦੇ ਤੇ, ਇਹ ਪਿੱਤਲ ਦਾ ਚੱਕਲ ਆ, ਪਿੱਤਲ ਦਾ ਹੀ ਵੇਲਣਾ ਹੈ। ਹੁਣ ਇਹ ਤੁਹਾਨੂੰ ਲੱਕੜੀ ਦੇ, ਹੁਣ ਮਾੜੇ ਮੋਟੇ ਮੈਂ ਕਹਿੰਦਾ ਲੱਕੜੀ ਵਾਲੇ ਵੀ ਕੰਮ, ਉਹਨਾਂ ਤਾਂ ਪੱਕੀਆਂ ਪਕਾਈਆਂ ਹੀ ਆ ਗਈਆਂ ਲਿਫਾਫਿਆਂ 'ਚ, ਉਹੀ ਹਾਂ ਖਾਣ ਪੀਣ ਲੱਗ ਗਏ ਜੀ। ਨਾ ਉਹ ਨਹੀਂ ਜੀ ਖਾਧੀਆਂ, ਅਸੀਂ ਤਾਂ ਇਹਦੀਆਂ ਖਾਂਦੇ ਹਾਂ ਪੱਕੀਆਂ ਪੀਆਂ। ਹੁਣ ਜੀ ਮੰਨ ਲਓ ਵੀ ਤੁਸੀਂ, ਇਹ ਤਾਂ ਖਤਮ ਹੁੰਦਾ ਜਾ ਰਿਹਾ ਕਿਉਂ, ਬੱਚਿਆਂ ਨੂੰ ਤਾਂ ਜਮਾ ਹੀ ਨੀ ਪਤਾ ਹੈਗਾ ਅੱਗੇ ਵਾਸਤੇ ਵੀ ਕਿੱਕਣ ਚੀਜ਼ ਕਿਆ ਅੱਗੇ ਵਰਤਦੇ ਤੇ, ਮੈਂ ਵੀ ਇਹ ਤਾਂ ਹੀ ਇਕੱਠਾ ਕਰਿਆ ਵੀ ਚੱਲ ਹੋਰ ਨੀ ਜੇ ਕਿਸੇ ਨੂੰ ਤਾਂ ਆਪਣੇ ਘਰ 'ਚ ਆਪਣੇ ਬੱਚਿਆਂ ਨੂੰ ਤਾਂ ਪਤਾ ਲੱਗੂਗਾ ਵੀ ਕਿਆ ਕਰਦੇ ਤੇ ਜੀ। ਹਾਂ ਇਹ ਦੇਖ ਲਓ ਜੀ ਲੈਂਪ ਆ ਜੀ, ਇਹਨੂੰ ਟੇਬਲ ਲੈਂਪ ਬੋਲਦੇ ਹਾਂ, ਪਹਿਲਾਂ ਇਹ ਆਏ ਤੇ ਜੀ, ਫਿਰ ਇਹਨਾਂ ਨੂੰ ਦੇਖਦੇ ਦੇਖਦੇ ਫਿਰ ਇਹ ਕੰਚ ਦੇ ਹੋ ਗਏ, ਇਹ ਪਿੱਤਲ ਦਾ ਜੀ, ਇਹ ਛੋਟਾ ਤਾ, ਜਿਕਣ ਆਪਾਂ ਨੇ ਰਾਤ ਨੂੰ ਰੋਟੀ ਪਾਣੀ ਛੱਕਦੇ ਹਾਂ ਉੱਕਣ, ਉਹ ਬੜਾ ਰਸੋਈ 'ਚ ਬਾਲ ਲੈਣਾ ਜੀ ਆਪਣੇ 'ਚ, ਫਿਰ ਇਹ ਕੰਚ ਦਾ ਜੀ, ਇਹ ਮੇਰੇ ਹਿਸਾਬ 'ਚ ਉੱਥੇ ਦਾ ਬਣਿਆ ਵਾ, ਆਪਣੇ ਚੀਨ ਦਾ ਬਣਿਆ ਵਾ, ਸਾਡਾ ਕੋਈ ਰਿਸ਼ਤੇਦਾਰ ਚੀਨ 'ਚ ਤਾ, ਉਹ ਲੈ ਕੇ ਆਏ ਤੇ ਚੀਨ 'ਚੋਂ ਜੀ ਇਹ, ਇਹ ਫਿਰ ਇਹਨੂੰ ਫੜਨਾ ਔਖਾ ਤਾ ਜੀ, ਉੱਪਰ ਇਹ ਫੁਟਬਾਲ ਮੰਗਣ ਦਾ ਜੀ, ਫੜਨਾ ਔਖਾ ਤਾ, ਲਿਜਾਣਾ ਔਖਾ ਤਾ, ਫਿਰ ਇਹਨੂੰ ਦੇਖਦੇ ਦੇਖਦੇ ਫਿਰ ਉਹਨਾਂ ਗਵਰਨਮੈਂਟ ਨੇ, ਚਲੋ ਜਿਹਨੇ ਮਰਜ਼ੀ ਕੱਢੀ, ਇਹਦੇ ਵਿੱਚ ਪੈਂਦਾ ਮਿੱਟੀ ਦਾ ਤੇਲ, ਮਿੱਟੀ ਦਾ ਤੇਲ ਜੀ, ਬੱਤੀ ਸੂਤੀ, ਹਾਂਜੀ ਹਾਂਜੀ ਸੂਤੀ ਬੱਤੀ ਪਾਈ ਵੀ ਬਾਲਦੇ ਇਹਨਾਂ ਨੂੰ ਜੀ, ਚੱਲਦਾ ਇਹ, ਆਹ ਦੇਖੋ ਤੇਲ ਵਿੱਚ, ਹਾਂਜੀ ਹਾਂਜੀ ਇਹ ਚੱਲਦਾ, ਆਪਾਂ ਨੇ ਇਹਦੀ ਫੁੱਟ ਗਈ ਤੀ ਚੀਮਨੀ ਦੁਬਾਰੇ ਲਵਾ ਲਈ ਜੀ, ਹਾਂ ਇਹ ਹੇਠਲੀ ਦਬਾਤ ਆ ਜਿਹੜੀ ਇਹਦੀ ਗੈਲ ਦੀ ਉਹ, ਮਤਲਬ ਪਹਿਲੇ ਇਹ ਆਇਆ ਸੀ ਇਹਦੀ ਸੇਫਟੀ ਜ਼ਿਆਦਾ ਹੈ ਨਹੀਂ ਸੀ ਕਿਉਂਕਿ ਇਹਦੇ ਹੈਂਡਲ ਵੀ ਨਹੀਂ ਸੀ ਹੈਗਾ, ਹਾਂਜੀ ਹਾਂਜੀ ਸੇਫਟੀ ਸਿਕਿਉਰਿਟੀ ਨਹੀਂ ਸੀ, ਇਸ ਤੋਂ ਬਾਅਦ ਜਿਹੜਾ ਫਿਰ ਇਹ ਆਇਆ ਜੀ, ਉਹਤੇ ਬਾਅਦ ਆਇਆ ਫਿਰ ਇਹਨੂੰ ਜੀ ਆਇਆ ਹਨੇਰੀ 'ਚ ਹਵਾ 'ਚ ਵੀ ਚੱਲਦਾ ਤਾ ਇਹ, ਜਿੱਥੇ ਮਰਜ਼ੀ ਫੜ ਕੇ ਲੈ ਜਾਂਦੇ ਤੇ, ਜਦ ਅੱਗੇ ਜੰਨਾਂ ਜਾਂਦੀਆਂ ਤੀਆਂ ਰਸਾਂ ਨੂੰ ਰਸ ਦੇ ਮੂਹਰੇ ਬੰਨ ਲੈਂਦੇ ਤੇ ਜੀ ਇਹਨੂੰ ਚਾਨਣੇ ਵਾਸਤੇ ਜੀ, ਹਾਂ ਫਿਰ ਇਹ ਆਏ ਆ ਜੀ, ਫਿਰ ਇਹ ਤੇ ਬਾਅਦ ਆਏ ਤਾਂ ਆ ਪਿਆ ਗੈਸ ਜੀ, ਬਿਲਕੁਲ ਫਿਰ ਇਹ ਗੈਸ, ਇਹਦਾ ਚੱਲਣਾ ਬਹੁਤ ਤਾ, ਫਿਰ ਇਹ ਗੈਸ ਆ ਗਏ ਤੇ ਜੀ, ਇਹਦਾ ਚੱਲਣਾ ਵੱਧ ਤਾ, ਇਹਨੂੰ ਆਹ ਬੋਕੀ ਮਾਰ ਕੇ ਚੱਲਦਾ ਤਾ ਜੀ, ਇਹ ਜਿਕਣਾ ਸਟੋਪ ਚੱਲਦਾ ਉੱਕਣ ਚੱਲਦਾ ਤਾ ਜੀ, ਮਿੱਟੀ ਮਿੱਟੀ ਦਾ ਤੇਲ ਜੀ, ਮਿੱਟੀ ਦਾ ਤੇਲ, ਇਹ ਸਾਰੇ ਮਿੱਟੀ ਦੇ ਤੇਲ ਵਾਲੇ ਹੋ ਜੀ। ਇਹ ਜਾਗਾਂ ਜੀ, ਅੱਗੇ ਪਹਿਲੇ ਸਮਿਆਂ 'ਚ ਇਹਨਾਂ 'ਚ ਆਪਾਂ ਚਾਹ ਪਾਣੀ ਦਿੰਦੇ ਤੇ ਜੀ, ਪਾਣੀ ਪਾ ਕੇ ਦਿੰਦੇ ਤੇ, ਲੱਸੀ ਪਾ ਕੇ ਲੈ ਕੇ ਜਾਣਾ ਖੇਤਾਂ 'ਚ ਨੂੰ, ਇਹ ਜੱਗਾਂ 'ਚ ਮੇਰੀ ਮਾਂ ਨੇ ਬਹੁਤ ਚਾਹ ਢੋਈ ਹੈ ਜੀ, ਇੱਕ ਇਹ ਜੱਗ ਇੱਕ ਆ ਗੜਬਾ ਭਾਰਤ ਦਾ, ਇਹਨਾਂ 'ਚ ਅੱਗੇ ਆਪਣੇ ਜਦ ਖੇਤਾਂ 'ਚ ਕੰਮ ਕਰਦੇ ਤੇ ਜੀ, ਇਹਨਾਂ 'ਚ ਜਹਾਜ਼ ਚਾਹ ਪਾਣੀ ਲੈ ਕੇ ਜਾਂਦੇ ਤੇ ਜੀ ਪਾ ਕੇ, ਇਹ ਜੱਗ ਹੋ ਗਏ, ਮੈਨੂੰ ਮੈਂ ਤਾਂ ਜੀ 13-14 ਤਰ੍ਹਾਂ ਦੇ ਜੱਗ ਆ ਜੀ ਆਪਣੇ ਕੋਲ, ਇਕੱਲੇ ਇਕੱਲੇ ਜੀ, ਬਾਕੀ ਆਹ ਗੜਬਾ ਹੋ ਗਿਆ ਜੀ, ਇਹ ਵੀ ਦੁੱਧ ਘੀ ਲਿਜਾਣੇ ਨੂੰ ਇਹ ਹੁੰਦਾ ਤਾ ਜੀ, ਬਾਹਰ ਅੰਦਰ ਨੂੰ ਇਹ ਤੁੰਬੇ ਹੋ ਗਏ ਜੀ, ਉਹ ਰੋਟੀ ਵਾਲਾ ਟਿਫਨ ਹੋ ਗਿਆ। ਜਿੰਨੀਆਂ ਵੀ ਚੀਜ਼ਾਂ ਹੁਣ ਤੱਕ ਸਤਨਾਮ ਵੀਰ ਜੀ ਨੇ ਦਿਖਾਈਆਂ ਨੇ ਬਹੁਤ ਸੋਹਣੀਆਂ ਨੇ, ਹਰ ਚੀਜ਼ ਦੀ ਵਰਾਇਟੀ ਹੈ, ਕੁਲੈਕਸ਼ਨ ਵੀ ਬਹੁਤ ਸਾਰੀ ਹੈ, ਬਹੁਤ ਸਾਰਾ ਭੰਡਾਰ ਪਿਆ ਹੋਇਆ। ਇੱਕ ਇੱਕ ਚੀਜ਼ ਜੇ ਅਸੀਂ ਗਿਣਨ ਜਾਈਏ, ਦਿਖਾਉਣ ਜਾਈਏ, ਤਾਂ ਮੈਨੂੰ ਲੱਗਦਾ ਪੂਰਾ ਸ਼ੋਅ ਇੱਦਾਂ ਹੀ ਨਿਕਲ ਜਾਣਾ, ਲੇਕਿਨ ਫਿਰ ਵੀ ਕੋਸ਼ਿਸ਼ ਕੀਤੀ ਹੈ ਕਿ ਹਰ ਚੀਜ਼ ਤਰਤੀਬ ਵੰਡ ਤੁਹਾਨੂੰ ਦਿਖਾਈ ਜਾਵੇ, ਜੋ ਕਿ ਵਿਲੱਖਣ ਹੈ। ਹਰ ਚੀਜ਼ ਵੈਸੇ ਤਾਂ ਵਿਲੱਖਣ ਹੈ ਕਿਉਂਕਿ ਸਾਡੇ ਸੱਭਿਆਚਾਰ ਦੇ ਨਾਲ ਜੁੜੀ ਹੋਈ ਹੈ, ਲੇਕਿਨ ਉਹਦੇ ਵਿੱਚ ਬਹੁਤ ਸਾਰੀਆਂ ਖਾਸ ਚੀਜ਼ਾਂ ਜੋ ਤੁਹਾਡੇ ਰੂਬਰੂ ਪ੍ਰੋਗਰਾਮ ਅਨਮੋਲ ਖਜ਼ਾਨਾ ਦੇ ਵਿੱਚ ਜੀ। ਇਹ ਦੇਖ ਲਓ ਜੀ, ਇਹ ਜੰਗ ਆ ਜੀ, ਜਦ ਅੱਗੇ ਬਰਾਤਾਂ ਜਾਂਦੀਆਂ ਤੀਆਂ, ਜਦ ਰਸ ਸਾਈਡ ਲੈਣੇ ਵਾਸਤੇ, ਇਹ ਹੋਰਨ ਆ ਜੀ ਜਦ ਦੇ ਟਾਈਮ ਦਾ, ਜਾਂ ਗੱਡੇ ਜਾਂਦੇ ਤੇ ਪਹਾੜ ਨੂੰ, ਉੱਪਰ ਤੋਂ ਗੱਡੇ ਉਤਰੇ ਆਉਂਦੇ, ਹੇਠ ਵਾਲਾ ਪਹਿਲਾਂ ਸਾਈਡ 'ਤੇ ਕੇ ਖੜ ਜਾਂਦਾ ਤਾ, ਇਹ ਪਤਾ ਨਹੀਂ ਕਿਹੜੀਆਂ ਧਾਂਤਾਂ ਦਾ ਬਣਾਇਆ ਵਾ ਜੀ, ਹਰੇਕ ਜੰਗ ਦੀ ਅਲੱਗ ਅਲੱਗ ਆਵਾਜ਼ ਤੀ, ਵੀ ਮੰਨ ਲਓ ਜਿੱਕਣ ਆਪਾਂ ਹੋਰਨ ਮਾਰਦੇ ਹਾਂ ਅਗਲੇ ਨੂੰ ਗਾਂ ਸੁਣੂਗਾ ਵੀ ਤਾਂ ਹੀ ਸਾਈਡ ਦਊਗਾ, ਇਹਦੀ ਇਕੱਲੇ ਇਕੱਲੇ ਦੀ, ਇਹ ਜਿਹੜੇ ਕੀਂਗਰੇਜ ਆ ਇਹ, ਇਹਨਾਂ ਦੀ ਆਵਾਜ਼, ਇਹ ਆਵਾਜ਼ ਬਣਾਉਣ 'ਤੇ ਹਰੇਕ ਨੂੰ, ਜਾਣੀ ਕਿ ਆਪਣਾ ਜਿਹਦੇ ਕੋਲ ਗੱਡਾ ਤਾ ਜਾਂ ਰਾਥ ਤਾ, ਉਹਨੂੰ ਆਪਣੇ ਦੂਰ ਤੋਂ ਪਤਾ ਲੱਗ ਜਾਂਦਾ ਤਾ 2 ਕਿਲੋਮੀਟਰ ਤੋਂ ਵੀ ਸਾਡਾ ਗੱਡਾ ਜਾਂ ਰਾਥ ਆ ਗਿਆ, ਇਹ ਉਹ ਚੀਜ਼ ਆ ਜੀ, ਇਹ ਵੀ ਲਗਭਗ ਪੰਜਾਬ 'ਚ ਖਤਮ ਵਾਲਾ ਸੌਦਾ, ਇਹ ਵੀ 1-2 ਕੇ ਰਹਿ ਗਈ, ਧਾਤ ਵੀ ਇਹ ਕਈ ਧਾਂਤਾਂ ਮਿਲਾ ਕੇ ਉਹਦੇ ਵਿੱਚ ਪਾਇਆ ਵਾ, ਇਹ ਕਈ ਧਾਂਤਾਂ ਦਾ,
ਵੀ ਹੁਣ ਕਾਰੀਗਰ ਨਹੀਂ ਰਹੇ, ਹੁਣ ਬਣਨ ਵਾਲਾ ਤਾਂ ਕੰਮੇ ਨਹੀਂ ਰਹੇਗਾ, ਹੁਣ ਆਪਾਂ ਨੇ ਚਲੋ ਕਿਤੇ ਟਾਈਮ ਆਇਆ ਆਪਣਾ ਵੀ ਕਿਤੇ ਇਹਨੂੰ ਰਾਤ ਨੂੰ ਲਵਾਉਂਗੇ ਜੀ, ਆਪਾਂ ਵੀ ਤਿਆਰ ਕਰਾਵਾਂਗੇ ਜੀ, ਇਹਦਾ ਬਹੁਤ ਵੀ ਜਾਣੀ ਕਿ ਮੰਨ ਲਓ ਖੜਕਾ ਤਾ ਜੀ ਵਾਕਿਆ। ਹਾਂਜੀ 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 ਦੂਰੋਂ ਹਾਂਜੀ ਹਾਂਜੀ ਕੰਨੀ ਪੈਂਦਾ। ਹਾਂਜੀ ਬਾਕੀ ਆ ਦੇਖ ਲਓ ਜੀ ਸੁਰਮੇਦਾਨੀ ਹੈ, ਅੱਗੇ ਇਹਨਾਂ ਦੀ ਕਦਰਤੀ ਜੀ ਹਰੇਕ ਘਰ 'ਚ ਇੱਕ ਦੋ ਆਪਾਂ ਨੂੰ ਮਿਲਦੀਆਂ ਤੀਆਂ ਜੀ, ਇਹ ਸੁਰਮਾ ਪਾਉਂਦੀਆਂ ਤੀਆਂ ਘਰ ਦੇ, ਸੁਣ ਕਿਹੜੇ ਕੋਈ ਹੋਰ ਕੋਈ ਮੇਕਅਪ ਦਾ ਜ਼ਿਆਦਾ ਇਹਦੇ ਗੱਲੇ ਚੱਲਦਾ ਤਾਂ ਇਹ ਪਾ ਲੈਂਦੇ ਤੇ ਆ ਚੂੜੀਆਂ ਰਗੜ ਕੇ ਇਹਦੇ ਵਿੱਚ ਪਾ ਲੈਣਾ, ਪੰਜਾਂ ਖਾਲਣਾ ਇਹਦੀਆਂ ਜਿਹਦੇ ਵਿੱਚ ਰਗੜਦੇ ਤੇ ਬਾ ਇਹਦੇ ਵਿੱਚ ਪਾ ਕੇ ਜੀ ਆਪਣੇ ਅੱਖਾਂ 'ਚ ਪਾਉਣੇ ਨੂੰ ਰੱਖਿਆ ਵਾ ਤਾਂ ਇਹ ਤਾਂ ਸ਼ਗਨ ਵਾਸਤੇ ਰਹਿ ਗਿਆ, ਤਾਂ ਛੋਹੇ ਬਣ ਕੇ ਰਹਿ ਗਿਆ ਜੀ ਇੱਕ। ਮੰਨ ਲਓ ਆਏ ਕੱਪ 'ਤੇ ਜੀ ਅੱਗੇ ਪਿੱਤਲ ਦੇ, ਜਿਹੜੇ ਆਪਣੇ ਫੌਜ ਜਾਂ ਅੰਗਰੇਜ਼ ਫੌਜ ਦੀ ਆਪਣੇ ਇਹ ਦਿੰਦੇ ਤੇ ਜੀ ਆਪਣੇ ਪੀਣੇ ਜਿਹੜੇ ਉਹਨਾਂ ਦੇ ਰੱਖੇ ਹੋਏ ਤੇ ਫੌਜੀ ਅਤੇ ਅੰਗਰੇਜ਼ ਫੌਜੀ ਦਾ ਪੰਜਾਬੀ ਦੇ ਉਹਨਾਂ ਦਾ ਜੀ ਇਹ ਕੱਪ ਮਿਲਦੇ ਤੇ ਜੀ ਉਹਨਾਂ ਨੂੰ ਪਿੱਤਲ ਦੇ, ਉਹ ਸਮੇਂ ਦੇ ਵਿੱਚ ਜੀ ਇਹ ਮੰਨ ਲਓ 47 ਦੇ ਪਹਿਲਾਂ ਦਾ ਕੱਪ ਆ ਜੀ, ਪਾਣੀ ਚਾਹ ਪੀਣ ਵਾਸਤੇ। ਹਾਂ ਜਦੋਂ ਅੰਗਰੇਜ਼ ਰਾਜ ਦਾ ਜੀ ਆਪਣੇ ਪਰ ਇਹ ਜਦ ਪਾਣੀ ਚਾਹ ਵਾਸਤੇ ਦੁੱਧ ਵਾਸਤੇ ਮੰਨ ਲਓ ਜਿੱਕਣਾ ਮਰਜ਼ੀ ਇਹ ਕੱਪਾਂ 'ਚ ਉਹਨਾਂ ਨੂੰ ਮਿਲਦਾ ਤਾ ਜੀ ਇਹ। ਹਾਂਜੀ ਬਾਕੀ ਆਹ ਦੇਖੋ ਜੀ ਆਹ ਚਿਰਾਗ ਆ ਜੀ ਦੀਵਾ ਪਿੱਤਲ ਦਾ, ਇਹਨੂੰ ਬਾਲ ਦਿਓ ਜੀ ਆਪਾਂ ਤੇਲ ਦਾ ਭਰ ਕੇ ਇੱਕ ਵਾਰੀ 8 ਘੰਟੇ ਲਗਾਤਾਰ ਬਲੂ, 8 ਘੰਟੇ ਨਹੀਂ ਨੈੱਟ ਦੇਖ ਲਵੇ ਜੀ ਬੰਦਾ ਲਾ ਕੇ 8 ਘੰਟੇ ਦੇ ਘਟੂਗਾ ਜੀ ਬਹੁਤ ਗੇਲ ਜੀ। ਆ ਵਿੱਚ ਬੱਤੀ ਆ ਜੀ ਤੇਲ ਅਜੇ ਵੀ ਵਿੱਚ, ਅਸੀਂ ਬਹੁਤ ਗੇਲ ਬਾਲ ਕੇ ਦੇਖਿਆ ਜੀ ਇਹ। ਪਿੱਤਲ ਦਾ ਨਹੀਂ ਹੈਗਾ ਇਹ ਧਾਤ ਹੋਰ ਆ ਜੀ, ਇਹ ਕਈ ਧਾਤਾਂ ਦਾ ਜੀ ਕਹਿੰਦਾ ਜੰਗ ਬਣਿਆ ਹੋਇਆ ਜੀ, ਇੱਕ ਨੇ ਵੀ ਕਈ ਧਾਤਾਂ ਦਾ ਮਿਕਸ ਆ ਜੀ ਬਣਿਆ ਹੋਇਆ ਇਹ। ਹਾਂ ਜੀ ਇਹ ਵਰਾਇਟੀ ਆ ਵੀ ਕੋਈ ਵਿੱਚ ਉੱਕਣ ਹੈ ਨਾ ਉਹਦੇ ਵੀ ਜਿਹੜੀ ਇਹਦੀ ਭਾਫ ਜੀ ਆ ਵੀ ਉਹਦੇ ਗੱਲੇ ਚੱਲੀ ਜਾਂਦਾ ਵੀ ਤੇਲ ਬਹੁਤ ਘੱਟ ਖਾਂਦਾ ਹਰ ਜ਼ਿਆਦਾ ਸਮਾਂ ਇਹ ਬਲਦਾ ਜੀ। ਇਹ ਦੇਖ ਲਓ ਜੀ ਅੱਗੇ ਗਾਗਰਾਂ ਦੀਆਂ ਜੀ, ਇਹਨਾਂ 'ਚ ਪਾਣੀ ਢੋਂਦੇ ਤੇ ਅੱਧੇ ਤਾਂ ਮਿੱਟੀ ਦੀਆਂ 'ਚ ਢੋਂਦੇ ਤੇ ਮਿੱਟੀ ਦੇ ਘੜੇ 'ਤੇ ਜੀ, ਬਾਕੀ ਕੁਛ ਪਿੱਤਲ ਦੇ ਅਤੇ ਇਹਨਾਂ ਨੂੰ ਫਿਰ ਵਰਤਦੇ ਤੇ ਵੀ ਦੁੱਧ ਗਰਮ ਕਰਨ ਵਾਸਤੇ ਜੀ, ਜਾਂ ਉਹ ਥੱਲੇ ਵਾਲੀ ਪਈ ਆ ਜੀ ਉਹ ਪਿੱਤਲ ਭਰਤਦੀ ਆ ਉਹਨੂੰ ਮਹਾਂ ਦੀ ਦਾਲ ਵਾਸਤੇ ਮੰਨ ਲਓ ਜੀ ਵਰਤਦੇ ਤੇ, ਅੱਗੇ ਜਦੋਂ ਖੇਤਾਂ 'ਚ ਨੂੰ ਲੱਸੀਆਂ ਲੈ ਕੇ ਜਾਂਦੇ ਤੇ ਜੀ ਰੋਟੀ ਨਾਲ ਤਾਂ ਅੱਧਿਆਂ ਕੁ ਤਾਂ ਕੋਲ ਤਾਂ ਮਿੱਟੀ ਦੇ ਹੁੰਦੇ ਤੇ ਜੀ ਤੌੜੀ 'ਚ ਲੱਸੀ ਪਾ ਕੇ ਲਿਜਾਂਦੇ ਤੇ, ਅੱਧੇ ਕੋਲ ਜੀ ਆਏ ਹੁੰਦੇ ਤੇ ਵਿਚਾਰੀ 'ਚ ਕੋਈ ਗਿਰ ਜਾਂਦੀ ਤੀ ਫੁੜਕ ਕੇ ਭੰਨ ਦਿੰਦੀ ਤੀ, ਫਿਰ ਆਏ ਛੋਟੀਆਂ ਆਈਆਂ ਤੀਆਂ ਜੀ ਬਟੋਹੀਆਂ ਇਹਦੇ ਵਿੱਚ ਲੈ ਕੇ ਜਾਂਦੀਆਂ ਰਹੀਆਂ ਜੀ। ਫਿਰ ਮੰਨ ਲਓ ਆਏ ਭਰਤ ਦੇ ਹੋ ਗਏ ਜੀ, ਇਹਨਾਂ ਵਿੱਚ ਚਾਹ ਪਾਣੀ ਲੈ ਕੇ ਜਾਣਾ ਜਾਂ ਦੁੱਧ ਕਰਨਾ ਇਹਨਾਂ ਦਾ ਵੇਟ ਬਹੁਤ ਹੈ ਜੀ, ਵੀ ਮੰਨ ਲਓ ਇੱਕ ਨਾ ਹੌਲੀ ਹੌਲੀ ਜੀ ਖਤਮ ਹੁੰਦਾ ਗਿਆ, ਆਪਾਂ ਨੇ ਫਿਰ ਵੀ ਚਲੋ ਦੇਖਣ ਵਾਸਤੇ ਚੀਜ਼ ਵੀ ਪਤਾ ਰਹਿੰਦਾ ਜੀ ਆਪਾਂ ਨੂੰ ਤਾਂ ਰੱਖੇ ਹੁੰਦੇ ਜੀ ਇਸ ਨੂੰ। ਉਹ ਪਿੱਤਲ ਦੇ ਸਟੋਵ ਆ ਜੀ, ਇਹ ਲਗਭਗ 40-50 ਸਾਲ ਪਹਿਲਾਂ ਚੱਲਦੇ ਤੇ ਇਹ ਵੀ ਖਤਮ ਹੋ ਗਿਆ, ਅੱਗੇ ਜੇ ਤਾਂ ਚੁੱਲ੍ਹੇ 'ਚ ਨਹੀਂ ਅੱਗ ਵਾਲੀ ਰਿਸ਼ਤੇ ਦਾ ਰਾਜਾ ਕਹਿੰਦਾ ਤੇ ਤੈਨੂੰ ਚਾਹ ਬਣਾਉਂਦੇ ਖੜ ਜਾ ਬਾਈ, ਚਾਹ ਬਣਦੀ ਉਹ ਕਿਸੇ ਕਿਸੇ ਕੋਲ ਸਟੋਵ ਹੁੰਦਾ ਤਾ, ਨਹੀਂ ਆਮ ਤਾਂ ਚੁੱਲ੍ਹਿਆਂ ਪਰ ਬਣਦੀ ਤੀ ਉਹ ਛੇਤੀ ਲਿਆ ਕੇ ਦੇ ਦਿੰਦਾ ਤਾ ਥੋੜ੍ਹਾ ਜਿਹਾ ਕੁ, ਉਹਨੂੰ ਹੁਣ ਸਟੋਵ ਵੀ ਖਤਮ ਹੋ ਗਏ ਜੀ, ਹੁਣ ਗੈਸ ਹੀ ਚੱਲ ਪਏ। ਉਹ ਦੂਜੇ ਨੰਬਰ ਪਰ ਪਏ ਆ ਜੀ ਜੁਐਲਰੀ ਬਾਕਸ, ਉਹ ਅੱਗੇ ਆਪਾਂ ਆਪਣੀਆਂ ਧੀਆਂ ਨੂੰ ਨੂੰਹਾਂ ਨੂੰ ਦਾਜ 'ਚ ਦਿੰਦੇ ਹੁੰਦੇ ਤੇ ਜੀ, ਉਹਦੇ ਵਿੱਚ ਆਪਣਾ ਗਹਿਣਾ ਗੱਟਾ ਸਾਂਭ ਕੇ ਰੱਖਦੇ, ਇਹਨਾਂ 'ਚ ਸੀਸੇ ਲੱਗੇ ਹੋਏ ਆ ਜੀ, ਵੀ ਹੁਣ ਇਹ ਵੀ ਖਤਮ ਹੋ ਗਏ, ਹੁਣ ਪਲਾਸਟਿਕ ਬਣ ਗਿਆ ਕਿਆ ਡਰੈਸਿੰਗ ਟੇਬਲ ਕਿਆ ਕਹਿੰਦੇ ਆ ਉਹ ਬਣ ਗਏ ਜੀ, ਹੁਣ ਇਹ ਵੀ ਖਤਮ ਹੋ ਗਏ। ਪਹਿਲਾਂ ਪਟਾਰੀਆਂ ਹੁੰਦੇ ਤੇ ਉਹ ਪਈ ਆ ਜੀ, ਇੱਕ ਪਟਾਰੀ ਵੀ ਆਪਣੇ ਕੋਲ ਹੈਗੀ ਆ ਉਹ ਦਿੰਦੇ ਤੇ, ਉਹ ਤੋਂ ਬਾਅਦ ਇਹ ਪਿੱਤਲ ਚੱਲੇ ਆ ਜੀ, ਆਹ ਗੱਲਾ ਹੋ ਗਏ ਜੀ, ਇਹ 2 ਗੱਲੇ ਪਏ ਆ, ਉਹ ਰੋਟੀਆਂ ਵਾਲੇ ਡੱਬੇ ਪਏ ਆ ਜੀ, ਇਹ ਕਹਿੰਦੇ ਵੀ ਰੋਟੀ ਗਰਮ ਰਹਿੰਦੀ ਤੀ ਜੀ ਇਹਨਾਂ 'ਚ ਪਿੱਤਲ ਦੇ ਤੇ ਜੀ, ਆਪਣਾ 1-2 ਘੰਟੇ ਜੀ ਚਲੋ ਉਹੀ ਜੋ ਰੋਟੀ ਪਾਣੀ ਰਹਿੰਦਾ ਤਾ। ਇਹ ਬਾਲਟੀਆਂ ਹੋ ਗਈਆਂ ਜੀ, ਆਹ ਬਾਲਟੀ ਕਲਕੱਤੇ ਵਾਲੀ ਹੋ ਗਈ, ਇਹਦੀ 2 ਕੰਗਣੀ ਹੁੰਦੀ ਤੀ ਜੀ ਆਮ ਥੱਲੇ। ਪੰਜਾਬੀ ਸੱਭਿਆਚਾਰ ਦੀਆਂ ਜੜ੍ਹਾਂ ਕਿੰਨੀਆਂ ਮਜ਼ਬੂਤ ਨੇ, ਕਿੰਨੀਆਂ ਲੰਬੀਆਂ ਨੇ, ਜਿੰਨਾ ਜਿੰਨਾ ਅਸੀਂ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਹ ਤੋਂ ਜਾਣੂ ਹੁੰਦੇ ਹਾਂ, ਉਹਨਾਂ ਜ਼ਿਆਦਾ ਇਹਦੀਆਂ ਗਹਿਰਾਈਆਂ ਵਿੱਚ ਡੂੰਘੇ ਘੁਸਦੇ ਜਾਂਦੇ ਹਾਂ ਜਾਂ ਵੜਦੇ ਜਾਂਦੇ ਹਾਂ। ਔਰ ਤੁਸੀਂ ਹਿਸਾਬ ਲਾ ਲਓ ਕਿ ਜੇ ਇੱਕ ਦਰਖਤ ਉਹਦੀਆਂ ਜੜ੍ਹਾਂ ਮਜ਼ਬੂਤ ਨੇ, ਇੱਕ ਦਰਖਤ ਪੰਜਾਬੀ ਸੱਭਿਆਚਾਰ ਦਾ ਐਡਾ ਵੱਡਾ ਭਰਿਆ ਭੁਰਿਆ ਹੈ, ਤਾਂ ਉਹਦੀਆਂ ਸ਼ਾਖਾਵਾਂ ਉਹਦੀਆਂ ਟਾਹਣੀਆਂ ਕਿੰਨੀਆਂ ਜ਼ਿਆਦੀਆਂ ਨੇ। ਉਹ ਇਸੇ ਕਰਕੇ ਕਹਿੰਦੇ ਨੇ ਕਿ ਵਾਕਈ ਮੇਰਾ ਪੰਜਾਬ ਬਹੁਤ ਸੋਹਣਾ, ਔਰ ਪੰਜਾਬ ਦੀ ਵਿਰਾਸਤ ਤਾਂ ਵਾਕਈ ਬਹੁਤ ਅਮੀਰ ਵਿਰਾਸਤ ਹੈ, ਔਰ ਅਸੀਂ ਮਾਣ ਕਰਦੇ ਹਾਂ ਕਿ ਅਸੀਂ ਪੰਜਾਬ ਦੇ ਵਾਸੀ ਹਾਂ। ਔਰ ਗੱਲ ਕਰ ਰਹੇ ਸੀਗੇ ਸਤਨਾਮ ਵੀਰ ਜੀ ਹੁਣਾਂ ਦੇ ਨਾਲ, ਪਿੱਤਲ ਤੋਂ ਗੱਲ ਸ਼ੁਰੂ ਹੋਈ ਅਤੇ ਪਿੱਤਲ ਦੇ ਨਾਲ ਨਾਲ ਹੋਰ ਕਈ ਜਿਹੜੇ ਧਾਤਾਂ ਉਹਨਾਂ ਦੇ ਬਾਰੇ ਜਾਣਕਾਰੀ ਹੋਈ। ਇੱਕ ਹੋਰ ਅਨਮੋਲ ਚੀਜ਼ ਜਿਹੜੀ ਕਿ ਸਤਨਾਮ ਜੀ ਹੁਣੀ ਦੱਸਣਗੇ ਕਿ ਇਹ ਥਾਲ ਹੈ, ਜਿੰਨੇ ਵੀ ਸ਼ੋਅ ਕੀਤੇ ਨੇ ਉਹਨਾਂ ਵਿੱਚੋਂ ਕਦੀ ਇਹ ਨਹੀਂ ਦਰਸਾਇਆ ਗਿਆ, ਲੇਕਿਨ ਅੱਜ ਇਸ ਕੀ ਕਹਿੰਦੇ ਖਜ਼ਾਨੇ ਦੇ ਵਿੱਚੋਂ ਇਹ ਜਿਹੜਾ ਅਨਮੋਲ ਖਜ਼ਾਨਾ ਤੁਹਾਡੇ ਰੂਬਰੂ। ਇਹ ਜੀ ਪਿੱਤਲ ਦਾ ਥਾਲ ਆ, ਅੱਗੇ ਇਹਨੂੰ 7 ਭਾਂਤੀ ਚੀਜ਼ ਪਾ ਕੇ ਇਹਦੇ ਵਿੱਚ ਪਰੋਸਦੇ ਤੇ ਜੀ, ਪਿੱਤਲ ਦੇ ਥਾਲ ਦੇ ਵਿੱਚ 7 ਭਾਂਤੀ ਚੀਜ਼। ਹੁਣ ਤਾਂ ਇਹ ਗੁਰੂ ਘਰਾਂ 'ਚ ਆਪਣੇ ਆ ਗਏ ਜੀ ਪ੍ਰਸ਼ਾਦਾ ਪਾਣੀ ਛਕਾਉਣੇ ਵਾਸਤੇ, ਇਹ ਪਹਿਲਾਂ ਜੀ ਚੰਗੇ ਚੰਗੇ ਘਰਾਂ 'ਚ ਹੁੰਦੇ ਤੇ ਜੀ, ਇਹਦੇ ਵਿੱਚ ਦੇਖ ਲਓ ਜੀ 7 ਖਾਨੇ ਬਣੇ ਪਏ ਆ, ਇਹਨੂੰ 7 ਭਾਂਤੀ ਚੀਜ਼ ਪਾ ਕੇ ਆਪਣੇ ਮੰਨ ਲਓ ਰਿਸ਼ਤੇਦਾਰ ਆ ਗਿਆ ਜੀ, ਕੋਈ ਮਿੱਤਰ ਮੇਲੀ ਆ ਗਿਆ ਜਾਂ ਪ੍ਰਾਹੁਣੇ ਆ ਗਏ, ਉਹਨਾਂ ਨੂੰ ਦੇਣੇ ਵਾਸਤੇ ਜੀ ਇਹ ਥਾਲ ਬਣੇ ਪਏ ਤੇ। ਇਹ ਜਾਣੀ ਕਿ ਵੀ ਮੰਨ ਲਓ ਹਰੇਕ ਘਰ 'ਚ ਨਹੀਂ ਤੇ ਹੁੰਦੇ,
ਪਿੰਡ 'ਚੋਂ ਚੁਣੇ ਵੇ ਘਰ ਉਹਨਾਂ ਦੇ ਵਿੱਚ ਹੁੰਦੇ ਤੇ ਵੀ ਮੰਨ ਲਓ ਉਹ ਆਪਾਂ ਉਹਨਾਂ 'ਤੇ ਮੰਗ ਕੇ ਲਿਆ ਕੇ ਆਪਣੇ ਰਿਸ਼ਤੇਦਾਰਾਂ ਨੂੰ ਪ੍ਰਸ਼ਾਦਾ ਪਾਣੀ ਇਹਨਾਂ ਵਿੱਚ ਪਾ ਕੇ ਜਿਹੜੀ ਸੱਤ ਭਾਂਤੀ ਚੀਜ਼ ਬਣਾਉਂਦੇ ਤੇ ਉਹ ਛਕਾਉਂਦੇ ਤੇ। ਸਤਨਾਮ ਵਿੱਚ ਜਦੋਂ ਕਰੋਸ਼ੀਏ ਦੀ ਗੱਲ ਆਉਂਦੀ ਹੈ, ਸੁਆਣੀਆਂ ਜਿਹੜੀਆਂ ਘਰਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਬੁਣਦੀਆਂ ਸੀ ਤਾਂ ਉਹਨਾਂ ਦੇ ਵਿੱਚੋਂ ਇਹ ਵੀ ਇੱਕ ਨੰਬਰ 1 ਹੁੰਦਾ ਸੀ ਜੋ ਹਰ ਘਰ ਦੇ ਵਿੱਚ ਸੁਆਣੀ ਦੇ ਕੋਲ ਹੁੰਦਾ ਸੀ। ਇਹ ਜੀ ਹੈਗਾ ਖਰੋਸੀਏ ਦਾ ਬੁਣਿਆ ਹੋਇਆ ਰੁਮਾਲ ਜੀ, ਇਹ ਥਾਲ ਦੇ ਵਿੱਚ ਆਪਾਂ ਚੀਨੀ ਜਾਂ ਆਟਾ ਪਾ ਕੇ ਗੁਰੂ ਘਰ ਜਾਣਾ ਜੀ, ਜਾਂ ਕਿਸੇ ਦੇ ਵਿਆਹ ਦੇ ਵਿੱਚ ਆਪਾਂ ਨੇ ਮਾਂਜਾ ਦੇ ਕੇ ਆਉਣਾ। ਬਸ ਹੁਣ ਤਾਂ ਜਿਵੇਂ ਲਗਭਗ ਪੰਜਾਬ 'ਚ ਇਹੀ ਰਹਿ ਗਿਆ ਇੱਕ ਵੀ ਜਿਹੜਾ ਥਾਲੀ ਵਾਲਾ ਰੁਮਾਲ ਦਾ ਰਿਸ਼ਤਾ ਜੀ ਆਪਾਂ ਲੈ ਕੇ ਜਾਣੇ ਨੂੰ, ਨਹੀਂ ਹੋਰ ਤਾਂ ਸਾਰਾ ਕੁਝ ਖਤਮ ਹੋ ਗਿਆ। ਇਹ ਉਹਦੇ ਵਾਸਤੇ ਆਪਾਂ ਆਪਣੀਆਂ ਕੁੜੀਆਂ ਨੂੰ ਵੀ ਦਿੰਦੇ ਤੇ ਥਾਲ ਰੁਮਾਲ ਜੀ। ਅੱਗੇ ਤਾਂ ਇਹ ਥਾਲ ਨਾ ਮੰਗਣਿਆਂ 'ਚ ਪਾ ਕੇ ਆਉਂਦੇ ਹੁੰਦੇ ਤੇ ਜੀ, ਜਿਹੜਾ ਤਾਂ ਕੋਈ ਤਕੜਾ ਹੁੰਦਾ ਤਾਂ ਉਹ ਤਾਂ 11 ਥਾਲ 21 ਥਾਲ ਪਾਉਂਦਾ ਤਾ, ਜਿਹੜਾ ਕੋਈ ਗਰੀਬ ਹੁੰਦਾ ਵਿਚਾਰਾ 5-7 ਪਾ ਕੇ ਸਾਰ ਦਿੰਦਾ ਤਾ। ਇਹਨਾਂ ਵਿੱਚ ਸਾਰੀਆਂ ਚੀਜ਼ਾਂ ਪੰਜ ਵੀ ਹੁੰਦੀਆਂ ਤੇ ਉੱਪਰ ਇੱਕ ਨੇ ਖਰੋਸੀਏ ਦੇ ਰੁਮਾਲ ਹੁੰਦੇ ਤੇ। ਇਹ ਅੱਗੇ ਮੰਗਣਿਆਂ 'ਚ ਜਦ ਆਪਾਂ ਸ਼ਗਨ ਲਾਉਣ ਜਾਂਦੇ ਤਾਂ ਉਹਦੇ ਵਿੱਚ ਵੀ ਵਰਤਦੇ ਤੇ, ਹੁਣ ਤਾਂ ਉਹ ਕੰਮ ਖਤਮ ਹੋ ਗਿਆ। ਹੁਣ ਤਾਂ ਬਸ ਇਹਦਾ ਗੁਰੂ ਘਰਾਂ ਜਾਣ ਵਾਸਤੇ ਰੈਡੀਮੇਡ ਹੋ ਗਿਆ ਜੀ। ਹੁਣ ਤਾਂ ਇਹ ਗੁਰੂ ਘਰਾਂ ਜਾਣ ਵਾਸਤੇ ਜਾਂ ਕਿਸੇ 'ਚ ਮਾਂਜਾ ਉਹ ਵੀ ਜਿਹੜੇ ਕੋਈ ਪਿੰਡ 'ਚ ਲੈ ਕੇ ਜਾਣੇ ਉਹਦੇ ਵਾਸਤੇ ਹੋ ਰਹਿ ਗਿਆ। ਹੋਰ ਤਾਂ ਜੀ ਹੁਣ ਤੁਹਾਨੂੰ ਪਤਾ ਕੱਢਣ ਤਾਂ ਜੀ, ਬਾਕੀ ਤਾਂ ਲਗਭਗ ਖਤਮ ਵਾਲਾ ਹੀ ਹੁੰਦਾ ਜੀ। ਇਹ ਵੀ ਹਾਂ ਤੁਹਾਨੂੰ ਪਤਾ ਹੀ ਹੈ ਜੀ, ਹੁਣ ਕੋਈ ਚੱਕਣਾ ਮੰਨਦਾ ਨਹੀਂ, ਆਲਾ ਡੋਲੀ 'ਚ ਪਾਇਆ ਲੈ ਕੇ ਤੁਰਦਾ ਪੈਂਦਾ। ਸੋ ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਬਹੁਤ ਕੁਛ ਤੁਸੀਂ ਦੇਖਿਆ, ਬਹੁਤ ਕੁਛ ਜਾਣਿਆ, ਬਹੁਤ ਲੰਬੀ ਜਾਣਕਾਰੀ ਸਤਨਾਮ ਜੀ ਹੁਣਾਂ ਵੱਲੋਂ ਤੁਹਾਨੂੰ ਦਿੱਤੀ ਗਈ ਹੈ, ਔਰ ਬਹੁਤ ਅਨਮੋਲ ਖਜ਼ਾਨਾ ਜੋ ਕਿ ਇਹਨਾਂ ਨੇ ਸਾਂਭਿਆ ਹੋਇਆ, ਔਰ ਆਉਣ ਵਾਲੇ ਸਮਿਆਂ ਦੇ ਵਿੱਚ ਇਹਦੇ ਵਿੱਚ ਹੋਰ ਬਹੁਤ ਸਾਰਾ ਵਾਧਾ ਹੋਊਗਾ। ਸਤਨਾਮ ਵੀਰ ਜੀ, ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਯੰਗ ਯੂਥ ਨੂੰ ਅਤੇ ਨਾਲ ਉਹਨਾਂ ਪੰਜਾਬੀ ਪਰਿਵਾਰਾਂ ਨੂੰ ਜਿੰਨਾ ਕੋਈ ਸਭ ਕੁਛ ਹੈਗਾ ਲੇਕਿਨ ਉਹਨਾਂ ਨੂੰ ਹਾਲੇ ਇਹਦੀ ਜਿਹੜੀ ਕੀਮਤ ਉਹ ਨਹੀਂ ਪਤਾ, ਕੀਮਤ ਤੋਂ ਭਾਵ ਇਹਦਾ ਗੁਣ ਨਹੀਂ ਪਤਾ ਕਿ ਕਾਹਦੇ ਵਾਸਤੇ ਸਾਡੇ ਵਿਰਾਸਤ ਸਾਨੂੰ ਮਿਲੀ ਸੀ ਅਤੇ ਉਹ ਇਹਨੂੰ ਭੁੱਲਦੇ ਜਾ ਰਹੇ ਨੇ। ਦੇਖੋ ਜੀ, ਮੇਰਾ ਤਾਂ ਹੱਥ ਬੰਨ ਕੇ ਬੇਨਤੀ ਹੈ ਜੀ ਆਪਣੇ ਜਿਨ੍ਹਾਂ ਕੋਲ ਇਹ ਵਿਰਾਸਤ ਪਈ ਆ, ਉਹ ਆਪਣੀ ਵਿਰਾਸਤ ਨੂੰ ਜੀ ਸਾਂਭ ਕੇ ਰੱਖਣ, ਵੱਧ ਤੋਂ ਵੱਧ ਉਹਦੀ ਸਾਫ਼ ਸਫਾਈ ਕਰਨ, ਆਪਣੇ ਬੱਚਿਆਂ ਨੂੰ ਦਿਖਾਉਣ ਵੀ ਆਪਾਂ ਕਿੱਕਣ ਕਿਹੜੇ ਸੱਭਿਆਚਾਰ 'ਚ ਰਹੇ ਅਤੇ ਆਪਾਂ ਇਹਨਾਂ ਦਾ ਕਿੱਕਣ ਪ੍ਰਯੋਗ ਕਰਦੇ ਤੇ ਕਿੱਕਣ ਵਰਤਦੇ ਤੇ, ਕਿਹੜੀ ਚੀਜ਼ ਕਿਹਦੇ ਕੰਮ ਆਉਂਦੀ ਤੀ, ਆਹ ਖਾਣ ਪੀਣ ਦੇ ਭਾਵ ਬਰਤਨ ਆ ਜੀ ਆਪਣੇ, ਜੀ ਆਹ ਰੁਮਾਲ ਆ ਗਿਆ ਜੀ, ਥਾਲ ਆ ਗਏ, ਗਲਾਸ ਆ ਗਏ, ਜੇ ਜੀ ਆਪਾਂ ਆਪਣੇ ਬੱਚਿਆਂ ਨੂੰ ਦੱਸੂਗੇ ਤਾਂ ਹੀ ਆਪਣੇ ਬੱਚਿਆਂ ਨੂੰ ਪਤਾ ਲੱਗੂਗਾ। ਮੇਰਾ ਤਾਂ ਮਤਲਬ ਕਹਿਣ ਦਾ ਹੈ ਵੀ ਇਹਨੂੰ ਵੇਚੋ ਨਾ ਜੀ, ਖਰਾਬ ਨਾ ਕਰੋ, ਇਹਦੀ ਸਿੱਟ ਪਸਿੱਟ ਨਾ ਕਰੋ, ਇਹਨੂੰ ਸਾਂਭੋ ਜੀ, ਵੱਧ ਤੋਂ ਵੱਧ ਸਾਂਭੋ, ਸਾਂਭ ਕੇ ਜੀ ਆਪਣੀ ਆਉਣ ਵਾਲੀਆਂ ਨਸਲਾਂ ਪੀੜ੍ਹੀਆਂ ਨੂੰ ਤਾਂ ਹੀ ਪਤਾ ਲੱਗੂਗਾ ਵੀ ਆਪਾਂ ਆਹ ਕੁਛ ਕਰਦੇ ਤੇ ਵੀ ਇਹਨਾਂ ਵਿੱਚ ਆਪਾਂ ਖਾਂਦੇ ਪੀਂਦੇ ਤੇ ਅੱਗੇ ਕਿੱਕਣ ਤੰਦਰੁਸਤ ਰਹਿੰਦੇ ਤੇ ਕੋਈ ਬਿਮਾਰੀਆਂ ਨਾ ਸੋ ਲੱਗਦੀਆਂ। ਹੁਣ ਤਾਂ ਜੀ ਦੇਖੋ ਤੁਹਾਡੇ ਸਾਹਮਣੇ ਪਲਾਸਟਿਕ 'ਚ ਖਾਂਦੇ ਹਾਂ, ਬਿਮਾਰੀਆਂ ਲੱਗਦੀਆਂ। ਚਲੋ ਆਪਾਂ ਬਹੁਤੀ ਲੰਬੀ ਗੱਲ ਨਾ ਕਰੀਏ, ਵੀ ਮੇਰਾ ਕਹਿਣ ਦਾ ਮਤਲਬ ਆ ਵੀ ਇਹਨੂੰ ਚੀਜ਼ ਨੂੰ ਸਾਂਭਣ ਵਾਲੀ ਆ ਵੀ ਇਹ ਵਿਰਾਸਤ ਨੂੰ ਖਰਾਬ ਨਾ ਕਰੋ, ਇਹ ਵਿਰਾਸਤ ਨੂੰ ਸਾਂਭ ਕੇ ਰੱਖੋ, ਆਪਣੇ ਬੱਚਿਆਂ ਨੂੰ ਦਿਖਾਓ, ਆਉਣ ਵਾਲੇ ਭਵਿੱਖ ਨੂੰ ਆਪਣੇ ਨੂੰ ਤਾਂ ਹੀ ਪਤਾ ਲੱਗੂਗਾ ਵੀ ਆਪਾਂ ਇਹਨਾਂ 'ਚ ਗੁਜ਼ਰੇ ਹਾਂ, ਵਿਸਰੇ ਹਾਂ, ਵੀ ਸਾਰਾ ਕੁਛ। ਹੁਣ ਉਹ ਕੰਮ ਤਾਂ ਜੀ ਹੈ ਨਹੀਂ ਵੀ ਸਿੱਟੀਆਂ ਪਈਆਂ ਚੀਜ਼ਾਂ ਉਹਨਾਂ ਤਾਂ ਰੱਖੇ ਵੇ ਦਾ ਕੋਈ ਫਾਇਦਾ ਨਹੀਂ। ਮੇਰਾ ਕਹਿਣ ਦਾ ਮਤਲਬ ਵੀ ਇਹਨੂੰ ਸਾਂਭੋ ਜੀ, ਵੱਧ ਤੋਂ ਵੱਧ ਇਹਦੀ ਦੇਖਭਾਲ ਕਰੋ, ਆਪਣੇ ਬੱਚਿਆਂ ਨੂੰ ਪਤਾ ਲੱਗੂਗਾ। ਜੇ ਕੋਈ ਮਿੱਤਰ ਵੇਲੀ ਨਹੀਂ ਸਾਂਭ ਸਕਦਾ, ਨਹੀਂ ਰੱਖ ਸਕਦਾ, ਤਾਂ ਅਕਾਲ ਚੈਨਲ ਗਿਆ ਸੰਪਰਕ ਕਰਨ, ਉਹ ਸਾਂਭਣ ਵਾਲੇ ਹੈਗੇ ਆ, ਉਹ ਆਪੇ ਮੈਨੇਜਮੈਂਟ ਕਰਨਗੇ ਵੀ ਕਿਹਨੂੰ ਕਿਹੜੀ ਚੀਜ਼ ਕਿੱਥੇ ਪਹੁੰਚਾਉਣੀ। ਜੀ ਧੰਨਵਾਦ, ਬਹੁਤ ਵਧੀਆ ਮੈਸੇਜ ਦੇ ਨਾਲ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸ਼ੋਅ ਹਮੇਸ਼ਾ ਪਸੰਦ ਕਰਦੇ ਔਰ ਟਾਈਮ ਦੇਖਦੇ ਰਹਿੰਦੇ ਕਦੋਂ ਇਹ ਸ਼ੋਅ ਚੱਲਣਾ ਹੈ। ਸੋ ਨਾਲ ਦੀ ਨਾਲ ਕੀਮਤੀ ਸਮਾਂ ਕੱਢਿਆ ਸਤਨਾਮ ਵੀਰ ਜੀ ਹੁਣਾਂ ਦਾ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਔਰ ਬੜੀ ਖੁਸ਼ੀ ਹੋਈ ਵੀਰ ਜੀ ਕਿ ਇੱਕ ਕਿਰਤੀ ਕਿਸਾਨ ਹੈ ਨਾ, ਸਾਰਾ ਦਿਨ ਹੜਪਣ ਭਨਵੀਂ ਮਿਹਨਤ ਕਰਦਾ ਅਤੇ ਨਾਲ ਦੀ ਨਾਲ ਇਹਨਾਂ ਚੀਜ਼ਾਂ ਨੂੰ ਵਾਕਈ ਦਿਲ ਦੇ ਨਾਲ ਛੋਹ ਕੇ ਰੱਖਿਆ ਹੋਇਆ, ਕਿੰਨਾ ਪਿਆਰ ਹੈ ਆਪਣੇ ਪੰਜਾਬੀ ਸੱਭਿਆਚਾਰ ਦੇ ਨਾਲ। ਧੰਨਵਾਦ ਤੁਹਾਡਾ ਅਤੇ ਵੀਰ ਜੀ ਧੰਨਵਾਦ ਤੁਹਾਡਾ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ।